वाहेगुरु जी की। जी गुरमत क्लास इच हाजरी भरन वाले वीरा पैरा सब नू जी आइआं नू आखदे हां। अज की क्लास विच वीर प्रभ कीर्तन सिंह जी मोहाली तों साडे नाल गुरमत विचारां दी सांझ करनगे। तो उन्हां नू बेनती है जी कि अज दी विचार आप जी आरंभ करो जी। वाहेगुरु जी का खालसा वाहेगुरु जी की फतह। एक ओंकार सतनाम करता पुरख निर्भउ निर्वैर अकाल मूरत अजूनी सैभंग गुर प्रसाद। वाहिगुरु जी का खालसा वाहिगुरु जी की फतेह। जी गुरु प्यारियो, अज दास दी अचानक ही ड्यूटी लगी तो कहा गया कि कोई भी विशा तुसी ले लो। तो मेरे मन दे विच कुछ समय तो एक गल चल रही सी कि साढ़े बहुत सारे गुरु प्यारे लेखक होए हैं, खास करके 20वीं सदी के शुरू के समय दे विच कई बहुत चंगे लेखक साढ़े कोल आए, जिन्होंने उस वेले दी सिंह सभा लहर च भी ते होर भी बहुत सारे कामां दे विच हिस्सा पाया, पर नाल ओह बड़े वड्डे विद्वान भी सन। तो उन्हां दीआं किताबां नूं मैनूं कुछ अपना शौक होण करके मैं अक्सर पढ़दा रहिंदा हां, ते जदों कोई टॉपिक तैयार करना हुंदा है ते ओह किताबां दी मदद भी लई दी है। ते मैं निजी तौर ते समझदा हां कि असीं ओह पुराने राइटर्स नूं हौली हौली भुलदे जा रहे हां, जदकि उन्हां ने धर्म नूं सिखी नूं अपने जीवन दे विच काफी हद तक जी के अजमा के ते फिर उन्होंने अपने विचार अपनी किताबां दे विच लिखे होंदे सन। जबकि अज जिहड़े साडे विद्वान हन उन्हें चो बहुते बिल्कुल एकेडमिक तरीके दे नाल किताबां दे विचों रिसर्च करके या बाणी दी रिसर्च करके लिखते हन, तो उन्हां दी जिहड़ी आइडियाज हुंदे हन अज दे साडे विद्वानां दे, ਉਹਨਾਂ ਵਿੱਚ ਤੇ ਜਿਹੜੇ ਪੁਰਾਣੇ ਵਿਦਵਾਨਾਂ ਦੇ ਜਿਹੜੇ ਵਿਚਾਰ ਹਨ ਉਹਨਾਂ ਦੇ ਵਿੱਚ ਕੁਝ ਫਰਕ ਮੈਨੂੰ ਹਮੇਸ਼ਾ ਆਪ ਮਹਿਸੂਸ ਹੁੰਦਾ। ਤੇ ਮੇਰੇ ਮਨ ਦੇ ਵਿੱਚ ਕਈ ਵਾਰੀ ਆਇਆ ਕਿ ਜਿਹੜੇ ਪੁਰਾਣੇ ਵਿਦਵਾਨ ਨੇ ਉਹਨਾਂ ਦੀਆਂ ਪੁਸਤਕਾਂ ਨੂੰ ਵੀ ਕਦੀ-ਕਦੀ ਸਾਨੂੰ ਥੋੜਾ ਜਿਹਾ ਟੋ ਕੇ ਦੇਖ ਲੈਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਕਿਸੇ ਚੀਜ਼ ਨੂੰ ਐਕਸਪਲੇਨ ਕਰਦੇ ਸਨ, ਕਿੰਨੀ ਕੁ ਸਟੱਡੀ ਕਰਦੇ ਸਨ। ਵੈਸੇ ਵੀ ਸਮਝਣ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਮਦਦ ਮਿਲਦੀ ਹੈ। ਤੋ ਇਸ ਸੰਬੰਧ ਵਿੱਚ ਇੱਕ ਬੜੀ ਜੋ ਕੀਮਤੀ ਪੁਸਤਕ ਹੈ ਸਾਡੀ 1932 ਦੇ ਵਿੱਚ ਪਬਲਿਸ਼ ਹੋਈ, ਭਾਈ ਜੋਤ ਸਿੰਘ ਨੇ ਜੋ ਲਿਖੀ ਸੀ ਗੁਰਮਤਿ ਨਿਰਣੈ, ਉਹ ਕਿਤਾਬ ਮੈਂ ਅਕਸਰ ਜਦੋਂ ਲੋੜ ਪੈਂਦੀ ਹੈ ਮੈਂ ਕੰਸਲਟ ਕਰਦਾ ਰਹਿੰਦਾ। ਤੇ ਉਹਨਾਂ ਨੇ ਉਹਦੇ ਵਿੱਚ ਕਾਫੀ ਸਿਸਟਮੈਟਿਕ ਤਰੀਕੇ ਦੇ ਨਾਲ ਔਰ ਬੜੇ ਲੌਜੀਕਲੀ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕੀਤਾ ਜਿਹੜੀਆਂ ਅਸੀਂ ਅੱਜ ਅਗਰ ਲਿਟਰੇਚਰ ਪੜ੍ਹਦੇ ਹਾਂ ਤੇ ਉਸ ਢੰਗ ਨਾਲ ਐਕਸਪਲੇਨ ਕੀਤੀਆਂ ਨਹੀਂ ਮਿਲਦੀਆਂ। ਤੋ ਮੈਂ ਅੱਜ ਤੁਹਾਡੇ ਨਾਲ ਥੋੜੀ ਜਿਹੀ ਸਾਂਝ ਉਹਦੇ ਬਾਰੇ ਹੀ ਪਾਵਾਂਗਾ। ਇੱਕ ਗੱਲ ਗੁਰਬਾਣੀ ਦੀ ਵਿਚਾਰ ਕਰਦੇ ਆ ਸਾਡੇ ਕੋਲ ਬਾਰ-ਬਾਰ ਆਉਂਦੀ ਹੈ ਕਿ ਸਤਿਗੁਰੂ ਜੀ ਨੇ ਕਰਮ ਕਾਂਡ ਨੂੰ ਕਾਫੀ ਨਿਖੇਧੀ ਕੀਤੀ ਹੈ ਕਿ ਕਰਮ ਕਾਂਡ ਕਰਨ ਦਾ ਕੋਈ ਫਾਇਦਾ ਨਹੀਂ, ਇਉਂ ਕਹਿ ਲਈਏ ਕਿ ਉਹ ਇਹਨੂੰ ਸਮਾਂ ਜ਼ਾਇਆ ਕਰਨ ਜੋਗੀ ਸਮਝਦੇ ਹਨ। ਤੇ ਜਦੋਂ ਵੀ ਕੋਈ ਗੱਲ ਕਰਮ ਕਾਂਡ ਦੀ ਹੁੰਦੀ ਹੈ ਤੇ ਉਹਦੇ ਬਰਕਸ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਸਾਹਮਣੇ ਹਮੇਸ਼ਾ ਉਹ ਨਾਮ ਸਿਮਰਨ ਦੀ ਗੱਲ ਕਰਦੇ। ਤੋਂ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਹੋਲ ਹਾਰਟਡਲੀ ਤੇ ਇਹਨੂੰ ਐਕਸੈਪਟ ਕਰਕੇ ਬਹਿ ਜਾਂਦੇ ਹਾਂ, ਪਰ ਜਿਸ ਢੰਗ ਨਾਲ ਭਾਈ ਜੋਤ ਸਿੰਘ ਜੀ ਨੇ ਇਸ ਚੀਜ਼ ਨੂੰ ਆਪਣੀ ਇਸ ਪੁਸਤਕ ਗੁਰਮਤਿ ਨਿਰਣੈ ਦੇ ਇੱਕ ਚੈਪਟਰ ਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਹੈ, ਹਾਲਾਂਕਿ ਉਹਦਾ ਵਿਸ਼ਾ ਤੇ ਬਹੁਤ ਲੰਬਾ ਹੈ ਉਹ ਤਾਂ ਨਹੀਂ ਅਸੀਂ ਕਵਰ ਕਰ ਪਾਵਾਂਗੇ। ਵਿਸ਼ਾ ਉਸ ਚੈਪਟਰ ਦਾ ਹੈ ਕਿ ਪਰਮ ਪਦ ਦੀ ਪ੍ਰਾਪਤੀ ਕਿਉਂ ਕਿਵੇਂ ਹੋਵੇ। ਇਸ ਤੋਂ ਪਹਿਲਾ ਜਿਹੜਾ ਚੈਪਟਰ ਹੈ ਉਹ ਇਹ ਹੈ ਕਿ ਮਨੁੱਖਾ ਜੀਵਨ ਦਾ ਸਾਡਾ ਮਨੋਰਥ ਕੀ ਹੈ, ਤੇ ਸ਼ਖਸੀ ਜੀਵਨ ਦਾ ਮਨੋਰਥ ਉਹਨਾਂ ਨੇ ਚੈਪਟਰ ਦਾ ਨਾਮ ਰੱਖਿਆ ਹੈ। ਤੋਂ ਉਸ ਦੇ ਅਗਲਾ ਚੈਪਟਰ ਹੈ ਕਿ ਪਰਮ ਪਦ ਦੀ ਪ੍ਰਾਪਤੀ ਕਿਵੇਂ ਹੋਵੇ। ਤੋਂ ਉਹਦੇ ਵਿੱਚ ਉਹਨਾਂ ਨੇ ਜਿਸ ਢੰਗ ਨਾਲ ਐਕਸਪਲੇਨ ਕੀਤਾ ਹੈ ਮੈਂ ਉਹ ਥੋੜਾ ਜਿਹਾ ਆਪ ਜੀ ਦੇ ਨਾਲ ਐਕਸਪਲੇਨ ਕਰਾਂਗਾ, ਜਿਹੜੇ ਕੁਝ ਗੁਰਬਾਣੀ ਦੇ ਸ਼ਬਦ ਉਹਨਾਂ ਨੇ ਸਾਂਝੇ ਕੀਤੇ ਹਨ ਕਿ ਇਹ ਸ਼ਬਦ ਇਸ ਨੂੰ ਐਕਸਪਲੇਨ ਕਰਦੇ ਹਾਂ, ਉਹਨਾਂ ਦੀ ਵੀ ਹਲਕੀ ਜਿਹੀ ਵਿਚਾਰ ਅਸੀਂ ਕਰਾਂਗੇ ਜਿੰਨਾ ਕੁ ਸਮਾਂ ਆਪਣੇ ਪਾਸ ਹੈ। ਉਹ ਗੱਲ ਇੱਥੋਂ ਸ਼ੁਰੂ ਕਰਦੇ ਹਨ ਕਿ ਅਸੀਂ ਜੇ
ਇਸ ਜਗਤ ਦੇ ਵਿੱਚ ਅਸੀਂ ਜੋ ਲੋਕ ਹਨ ਉਹਨਾਂ ਨੂੰ ਧਰਮ ਦੇ ਰਸਤੇ ਉੱਤੇ ਚੱਲਣ ਵਾਲੇ ਜਾਂ ਬਾਕੀ ਵੀ ਅਸੀਂ ਗਿਣ ਲਈਏ, ਉਹਨੂੰ ਉਹਨਾਂ ਨੇ ਤਿੰਨ ਹਿੱਸਿਆਂ 'ਚ ਵੰਡਿਆ। ਇੱਕ ਤਾਂ ਉਹ ਹਨ ਜਿਹੜੇ ਕਿ ਉਹ ਇਹੀ ਸਮਝਦੇ ਹਨ ਕਿ ਬਸ ਇਹੀ ਜੀਵਨ ਹੈ, ਇਹੀ ਸਰੀਰ ਹੈ, ਜਦੋਂ ਇਹ ਸਰੀਰ ਦਾ ਨਾਸ਼ ਹੋ ਗਿਆ, ਇਹ ਜੀਵਨ ਪੂਰਾ ਹੋ ਗਿਆ, ਤੇ ਉਹਦੇ ਨਾਲ ਹੀ ਸਭ ਕੁਝ ਖਤਮ ਹੋ ਜਾਂਦਾ ਹੈ। ਤਾਂ ਸਾਨੂੰ ਕੋਈ ਬਹੁਤਾ ਸੋਚਣ ਦੀ ਲੋੜ ਨਹੀਂ ਹੈ ਕਿ ਇਸ ਸਰੀਰ ਦੇ ਅੰਦਰ ਕੋਈ ਆਤਮਾ ਵੀ ਹੈ, ਜਾਂ ਉਹ ਆਤਮਾ ਖਤਮ ਹੋਏਗੀ ਜਾਂ ਅੱਗੇ ਕਿਤੇ ਜਾਏਗੀ, ਉਹਦਾ ਕੀ ਬਣੇਗਾ, ਉਹ ਇਸ ਚੀਜ਼ ਨੂੰ ਨਹੀਂ ਮੰਨਦੇ। ਤੇ ਇਹਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਜੀਵਨ ਦਾ ਸਟਾਈਲ ਹੈ ਉਹ ਆਪਣੇ ਸਰੀਰ ਦੇ ਨਾਲ ਹੀ ਜੁੜਿਆ ਹੁੰਦਾ। ਉਹਨੂੰ ਜਿਵੇਂ ਆਮ ਤੌਰ ਦੇ ਉੱਤੇ ਅਸੀਂ ਕਹਿ ਦਿੰਦੇ ਹਾਂ, ਖਾਓ ਪੀਓ ਹੌਜ ਕਰੋ, ਇਹ ਜੱਗ ਡਿੱਠਾ ਅਗਲਾ ਕਿੰਨੇ ਡਿੱਠਾ, ਤਾਂ ਉਸ ਕਿਸਮ ਦੀ ਸੋਚ ਐਸੇ ਲੋਕਾਂ ਦੀ ਹੁੰਦੀ ਹੈ। ਤੇ ਜੇ ਉਹ ਕੋਈ ਬਹੁਤੀ ਥੋੜਾ ਹੋਰ ਵਿਚਾਰ ਕਰਨ ਤੇ ਉਹ ਇਹ ਕਹਿੰਦੇ ਹਨ ਕਿ ਸਾਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਜਾਂ ਕੁਝ ਐਥਿਕਸ ਦੀ ਤੇ ਮੋਰਲਸ ਦੀ ਗੱਲ ਕਰ ਦਿੰਦੇ ਨੇ, ਪਰ ਉਹਨਾਂ ਦੇ ਅੰਦਰ ਦੀ ਜਿਹੜੀ ਵਿਚਾਰ ਹੈ ਉਹਦੇ ਮੁਤਾਬਕ ਇਹੀ ਹੁੰਦਾ ਹੈ ਕਿ ਇਸ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਕਿਵੇਂ ਇਸ ਸਰੀਰ ਨੂੰ, ਇਸ ਜਗਤ ਦੇ ਜੀਵਨ ਨੂੰ ਸੁਖੀ ਬਣਾਇਆ ਜਾਵੇ, ਪ੍ਰੋਸਪਰਸ ਬਣਾਇਆ ਜਾਵੇ, ਵੱਧ ਤੋਂ ਵੱਧ ਪਦਾਰਥ ਇਕੱਠੇ ਕੀਤੇ ਜਾਣ, ਸੁੱਖ ਆਰਾਮ ਦੇ ਸਾਧਨ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਜਾਣ। ਤੇ ਆਮ ਤੌਰ ਤੇ ਉਹ ਜੀਵਨ ਦੇ ਵਿੱਚ ਜਿਹੜੇ ਕੋਈ ਕੰਮ ਚੰਗੇ ਕੰਮ ਕਰਦੇ ਵੀ ਆਪਣੇ ਆਪ ਨੂੰ ਸ਼ੋਅ ਕਰਦੇ ਹਨ, ਉਹਦੇ ਵਿੱਚ ਵੀ ਇੱਕ ਚੀਜ਼ ਬੜੀ ਜ਼ਰੂਰੀ ਹੁੰਦੀ ਹੈ ਕਿ ਉਹ ਕਰਦੇ ਹੋਏ ਵੀ ਇਸ ਚੀਜ਼ ਦਾ ਬੜਾ ਧਿਆਨ ਰੱਖਦੇ ਹਨ ਕਿ ਉਹਨਾਂ ਦਾ ਆਪਣਾ ਲਾਈਫ ਸਟਾਈਲ ਜਿਹੜਾ ਹੈ ਉਹ ਉੱਥੇ ਹੀ ਮੇਨਟੇਨ ਰਵੇ, ਉਹਨਾਂ ਨੂੰ ਕਿਸੇ ਚੀਜ਼ ਦੀ ਕੁਰਬਾਨੀ ਨਾ ਦੇਣੀ ਪਵੇ ਕਿ ਜੇ ਕਿਸੇ ਹੋਰ ਦੇ ਵਾਸਤੇ ਕੁਝ ਕਰ ਵੀ ਰਹੇ ਹਨ ਤੇ ਉਹ ਪਹਿਲਾਂ ਇਹ ਦੇਖਦੇ ਹਨ ਕਿ ਮੈਂ ਆਪ ਤਾਂ ਹੀ ਇਹਦੇ ਚ ਘਾਟਾ ਖਾ ਰਿਹਾ। ਤੋ ਇੱਕ ਤਾਂ ਉਹ ਲੋਕ, ਤੋ ਇਹਨਾਂ ਨੂੰ ਚਲੋ ਅਸੀਂ ਪਾਸੇ ਰੱਖਦੇ ਹੀ ਹੈ, ਤੇ ਦੂਜੇ ਉਹ ਹਨ ਜਿਹੜੇ ਇਹ ਤਾਂ ਮੰਨਦੇ ਹਨ ਕਿ ਰੂਹ ਸਾਡੀ ਹੈ, ਇਹਦੀ ਹਸਤੀ ਹੈ, ਤੇ ਇਹਨੇ ਮਰਨਾ ਨਹੀਂ ਹੈ ਸਰੀਰ ਦੇ ਨਾਲ। ਸੋ ਇਸ ਕਰਕੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਕੁਝ ਇਸ ਸਰੀਰ ਤੋਂ ਬਾਅਦ ਦੇ ਵੀ ਕੁਝ ਵਿਚਾਰ ਮਨ ਦੇ ਵਿੱਚ ਰਹਿੰਦੇ ਹਨ ਜਿਹਨੂੰ ਅਸੀਂ ਅਗਲਾ ਜੀਵਨ ਕਹਿ ਲਈਏ। ਤੋ ਉਹਨਾਂ ਨੇ ਜਦੋਂ ਇਹਦੇ ਬਾਰੇ ਵਿਚਾਰ ਕਰਦੇ ਹਨ ਤੇ ਉਹ ਕੀ ਮੰਨਦੇ ਹਨ ਕਿ ਰੱਬ ਹੈ ਜਿਹੜਾ ਇਸ ਜਗਤ ਨੂੰ ਬਣਾਉਣ ਵਾਲਾ ਹੈ, ਇਸ ਆਤਮਾ ਨੂੰ ਬਣਾਉਣ ਵਾਲਾ ਹੈ, ਉਹ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਰੱਬ ਦੀ ਹਸਤੀ ਨੂੰ ਸਵੀਕਾਰ ਕਰਦੇ ਹਨ। ਨਾਲ ਹੀ ਇਹ ਵੀ ਮੰਨਦੇ ਹਨ ਕਿ ਜਿਹੜੇ ਅਕਾਲ ਪੁਰਖ ਨੇ ਸਾਡੇ ਨਾਲ ਕਮਿਊਨੀਕੇਟ ਕਰਨ ਦੇ ਲਈ ਕੁਝ ਆਪਣੇ ਫਰਿਸ਼ਤੇ, ਅਵਤਾਰ, ਪੈਗੰਬਰ ਇਹ ਜਾਂ ਦੇਵਤੇ, ਇਹਨਾਂ ਦੇ ਰਾਹੀਂ ਉਹ ਸਾਡੇ ਨਾਲ ਅਗਵਾਈ ਲਈ ਉਹ ਸਾਨੂੰ ਭੇਜਦਾ ਹੈ ਜਾਂ ਦੱਸਦਾ ਹੈ, ਉਹਨਾਂ ਦੇ ਰਾਹੀਂ ਅਗਵਾਈ ਹੁੰਦੀ ਹੈ, ਤੇ ਜੋ ਉਹ ਅਗਵਾਈ ਦਿੰਦੇ ਹਨ ਸਾਨੂੰ ਉਹਨਾਂ ਦੇ ਪਿੱਛੇ ਚੱਲਣਾ ਚਾਹੀਦਾ। ਤੋ ਉਹ ਇਹ ਚਾਹੁੰਦੇ ਹਨ ਕਿ ਇਸ ਜਗਤ ਦੇ ਵਿੱਚ ਅਸੀਂ ਕੁਝ ਅਜਿਹੇ ਕੰਮ ਕਰੀਏ ਕਿ ਸਾਡਾ ਅਗਲਾ ਜਗਤ ਵੀ ਜਿਹੜਾ ਹੈ, ਮੌਤ ਤੋਂ ਬਾਅਦ ਦਾ ਵੀ ਜਿਹੜਾ ਜੀਵਨ ਹੈ, ਉਹ ਸਾਡਾ ਚੰਗਾ ਹੋਵੇ। ਤੇ ਇਹਦੇ ਵਾਸਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਜਾਂ ਇਹ ਘੜਿਆ ਗਿਆ ਹੈ ਕਿ ਇਹ ਆਤਮਾ ਜੋ ਹੈ ਇੱਥੋਂ ਮਰ ਕੇ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ, ਧਾਰਮਿਕ ਕਰਮ, ਸੰਸਾਰਿਕ ਕਰਮ, ਜਿਸ ਤਰ੍ਹਾਂ ਵੀ ਉਹ ਡਿਸਾਈਡ ਕਰਨ, ਉਹ ਸਵਰਗ ਵਿੱਚ ਜਾਂ ਬਹਿਸ਼ਤ ਦੇ ਵਿੱਚ ਚੰਗੇ ਕਰਮਾਂ ਨਾਲ ਜਾਂਦੀ ਹੈ ਤੇ ਨਰਕ ਦੇ ਵਿੱਚ ਉਹ ਜਾਂਦੀ ਹੈ ਜੇ ਉਹ ਕਰਮ ਉਹਦੇ ਅੱਛੇ ਨਾ। ਤਾਂ ਉਹ ਇਸ ਲਈ ਉਹ ਕੀ ਕਰਦੇ ਹਨ ਕਿ ਇਹ ਸੋਚਦੇ ਹਨ ਕਿ ਮੈਂ ਅਗਲਾ ਜੀਵਨ ਆਪਣਾ ਹੋਰ ਵੀ ਚੰਗਾ ਬਣਾਉਣਾ ਹੈ, ਸਵਰਗ ਵਿੱਚ ਜਾਣਾ ਹੈ, ਤੇ ਉਹਦੇ ਵਾਸਤੇ ਫਿਰ ਉਹ ਲੱਭਦੇ ਹਨ ਕਿ ਉਹਦੇ ਵਾਸਤੇ ਮੈਨੂੰ ਕੀ ਕਰਨਾ ਪਵੇ। ਤੋ ਉਹ ਜਿਹੜੇ ਕਰਮ ਉਹਨਾਂ ਨੂੰ ਚੰਗੇ ਦੱਸੇ ਜਾਂਦੇ ਹਨ ਉਹਨਾਂ ਨੂੰ ਬਿਲਕੁਲ ਫੁੱਲੀ ਡਿਵੋਟਿਡ ਹੁੰਦੇ ਹਨ ਕਿ ਵੀ ਅਸੀਂ ਇਹ ਕੰਮ ਕਰਨੇ ਹਨ, ਇੰਨੇ ਡਿਵੋਟਿਡ ਹੁੰਦੇ ਹਨ ਕਿ ਜੇ ਉਹਨਾਂ ਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਭਾਈ ਇਹ ਕੰਮ ਜੇ ਤੂੰ ਦੂਜੇ ਤੋਂ ਵੀ ਕਰਵਾਏਗਾ, ਕਿਸੇ ਹੋਰ ਨੂੰ ਵੀ ਇਹ ਕੰਮ ਕਰਨ ਦੀ ਪ੍ਰੇਰਣਾ ਕਰੇਗਾ ਤੇ ਉਹ ਵੀ ਚੰਗੀ ਗੱਲ ਹੈ, ਤੈਨੂੰ ਉਹਦਾ ਵੀ ਪੁੰਨ ਫਲ ਮਿਲੇਗਾ, ਤੇ ਫਿਰ ਉਹ ਦੂਜੇ ਨੂੰ ਵੀ ਪੂਰੀ ਤਰ੍ਹਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਤੂੰ ਵੀ ਇਹ ਕੰਮ ਕਰ, ਤੂੰ ਵੀ ਮੇਰਾ ਧਰਮ ਧਾਰਨ ਕਰ, ਜਾਂ ਤੂੰ ਮੇਰੇ ਵਾਲੇ ਕਰਮ ਕਰ, ਤੂੰ ਮੇਰੇ ਨਾਲ ਚੱਲ, ਤੇ ਜੇ ਅਗਲਾ ਨਾ ਚੱਲੇ, ਉਹ ਇਸ ਸਾਡੀ ਸੋਚ ਨੂੰ ਨਾ ਅਪਣਾਵੇ, ਤੇ ਉਹਦੇ ਨਾਲ ਉਹ ਧੱਕਾ ਜ਼ਬਰਦਸਤੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਕਿਉਂਕਿ ਉਹ ਉਹਨਾਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਇੱਕੋ ਇੱਕ ਮੰਤਵ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਅਗਲੇ ਜੀਵਨ ਨੂੰ ਵੀ
ਇਸ ਸੰਸਾਰ ਜਿੰਨਾ ਜਾਂ ਇਸ ਤੋਂ ਵਧੇਰੇ ਸੁਖੀ ਬਣਾਉਣਾ। ਤੋਂ ਹੁਣ ਹੁੰਦਾ ਕੀ ਹੈ ਕਿ ਦੂਜੀ ਗੱਲ ਉਹਨਾਂ ਨੂੰ ਇਹ ਦੱਸੀ ਜਾਂਦੀ ਹੈ ਕਿ ਜਿਹੜੇ ਚੰਗੇ ਹਨ ਉਹ ਕੇਵਲ ਅਵਤਾਰ ਪੁਰਸ਼ ਹਨ, ਦੇਵਤੇ ਹਨ, ਫਰਿਸ਼ਤੇ ਹਨ। ਮਨੁੱਖ ਜਿਹੜਾ ਹੈ ਉਹ ਬੇਸਿਕਲੀ ਹੀ ਮਾੜਾ ਵਿਅਕਤੀ ਹੈ, ਉਹਦਾ ਰੁਝਾਨ ਮਾੜੇ ਕੰਮਾਂ ਵੱਲ ਹੀ ਹੁੰਦਾ ਹੈ। ਤੋਂ ਇਸ ਕਰਕੇ ਉਹਨੇ ਪਾਪ ਕਰਦੇ ਹੀ ਰਹਿਣਾ ਹੈ। ਅਸੀਂ ਇਸ ਜਗਤ ਦੇ ਵਿੱਚ ਰਹਿੰਦੇ ਹਾਂ, ਪਾਪ ਕਰਦੇ ਹੀ ਰਹਿਣਾ, ਇਹ ਗੱਲ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਬੈਠੀ ਹੁੰਦੀ ਹੈ। ਤੋਂ ਹਮੇਸ਼ਾ ਉਹਨਾਂ ਨੂੰ ਇਹੀ ਹੁੰਦਾ ਹੈ ਕਿ ਅਸੀਂ ਤਾਂ ਪਾਪ ਕਰਦੇ ਹੀ ਪਏ ਹਾਂ, ਤੇ ਮੈਨੂੰ ਕਿਸੇ ਤਰ੍ਹਾਂ ਇਹਨਾਂ ਪਾਪਾਂ ਦੇ ਫਲ ਨਾ ਭੁਗਤਣੇ ਪੈਣ, ਜਾਂ ਮੈਂ ਉਹ ਕੰਮ ਕਰਾਂ ਜਿਹਦੇ ਨਾਲ ਮੈਨੂੰ ਬਹਿਸ਼ਤ ਮਿਲ ਜਾਏ, ਸਵਰਗ ਮਿਲ ਜਾਏ। ਤੋਂ ਹੁਣ ਉਹ ਜਿਵੇਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹ ਸਾਰੇ ਕਰਮ ਕਰਨੇ ਸ਼ੁਰੂ ਕਰ ਦਿੰਦੇ ਆ। ਹੁਣ ਇਹ ਜਿਹੜੇ ਕਰਮ ਹੁੰਦੇ ਹਨ, ਇਹਨਾਂ ਨੂੰ ਅਸੀਂ ਆਮ ਤੌਰ ਦੇ ਉੱਤੇ ਸਾਰਿਆਂ ਨੂੰ ਕਰਮ ਕਾਂਡ ਦੇ ਨਾਮ ਥੱਲੇ ਕਹਿ ਦਿੰਦੇ ਹਾਂ, ਕਿਉਂਕਿ ਇੱਕ ਕਾਂਡ ਹੈ ਸਾਡੇ ਧਾਰਮਿਕ ਪੁਸਤਕਾਂ ਦੇ ਵਿੱਚ ਪੁਰਾਤਨ ਜਿਹੜੀਆਂ ਨੇ, ਜਿਨ੍ਹਾਂ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ। ਉਹ ਬ੍ਰਾਹਮਣ ਗ੍ਰੰਥ ਜਿਹੜੇ ਹਨ ਉਹ ਪੂਰੀ ਤਰ੍ਹਾਂ ਇਹਨਾਂ ਕੰਮਾਂ ਨੂੰ ਹੀ ਐਕਸਪਲੇਨ ਕਰਦੇ ਹਾਂ ਕਿ ਕੀ ਫਲ ਪ੍ਰਾਪਤ ਕਰਨਾ ਹੈ, ਤੇ ਉਹਦੇ ਵਿੱਚ ਕਰਕੇ ਤੇ ਤੈਨੂੰ ਕੀ ਇਹ ਕਿਹੜਾ ਕੰਮ ਕਰੇਗਾ, ਤੇ ਤੈਨੂੰ ਕਿਹੜਾ ਇਸ ਜਗਤ ਦੇ ਵਿੱਚ ਫਲ ਮਿਲੇਗਾ, ਕਿਹੜਾ ਅਗਲੇ ਜਗਤ ਦੇ ਵਿੱਚ ਫਲ ਮਿਲੇਗਾ, ਉਹਦੇ ਚੋਂ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਦੱਸਿਆ ਗਿਆ। ਹੁਣ ਇਹ ਜਿਹਨਾਂ ਨੂੰ ਅਸੀਂ ਕਰਮ ਕਾਂਡ ਕਹਿੰਦੇ ਹਾਂ, ਦੋ ਤਿੰਨ ਕਿਸਮ ਦੇ ਉਹਨਾਂ ਨੇ ਦੱਸੇ ਹੁੰਦੇ ਆ। ਇੱਕ ਤਾਂ ਇਹ ਕਿ ਇਸ ਜਗਤ ਦੇ ਵਿੱਚ ਤੁਹਾਨੂੰ ਚੰਗੀਆਂ ਚੀਜ਼ਾਂ ਪ੍ਰਾਪਤ ਹੋਣ, ਡਿਜ਼ਾਇਰੇਬਲ ਚੀਜ਼ਾਂ ਪ੍ਰਾਪਤ ਹੋਣ, ਕੋਈ ਜਗਤ ਦੇ ਵਿੱਚ ਪ੍ਰਭੂ ਸੱਤਾ ਪ੍ਰਾਪਤ ਕਰਨੀ ਹੋਵੇ ਉਹਦੇ ਵਾਸਤੇ ਕੁਝ ਯੱਗ ਕਰਨੇ ਹਨ, ਜਾਂ ਸੰਤਾਨ ਦੀ ਪੁੱਤਰ ਦੀ ਪ੍ਰਾਪਤੀ ਹੈ ਉਹਦੇ ਵਾਸਤੇ ਵੱਖਰੇ ਕਰਮ ਕਾਂਡ ਦੱਸੇ ਜਾਂਦੇ ਹਨ। ਜਿਹੜੇ ਸਾਡੇ ਐਸੈਟਸ ਹੈਗੇ ਹਨ ਦੁਨਿਆਵੀ ਤੌਰ ਤੇ, ਉਹਦੇ ਜਿਹੜੇ ਸਾਡੀਆਂ ਚੀਜ਼ਾਂ ਹਨ ਉਹਨਾਂ ਨੂੰ ਪ੍ਰਾਪਤ ਕਰਨ ਲਈ ਵੀ ਕੁਝ ਕਰਮ ਕਾਂਡ ਦੱਸੇ ਜਾਂਦੇ ਹਨ। ਤਾਂ ਇੱਕ ਤਾਂ ਇਹ ਕਿਸਮ ਦੇ ਹੁੰਦੇ ਹਨ ਜਿਹੜੇ ਇਸ ਜੀਵਨ ਨੂੰ ਹੋਰ ਸੁਖੀ ਬਣਾਉਣ ਦੇ ਮੰਤਵ ਨਾਲ ਕੀਤੇ ਜਾਂਦੇ। ਦੂਜੇ ਉਹ ਕਰਮ ਹੁੰਦੇ ਹਨ ਜਿਹੜੇ ਦੱਸੇ ਜਾਂਦੇ ਹਨ ਕਿ ਤੁਹਾਡੇ ਜਿਹੜੇ ਬੁਰੇ ਕਰਮ ਕੀਤੇ ਹੋਏ ਨੇ ਉਹਨਾਂ ਨੂੰ ਕਿੱਦਾਂ ਧੋਇਆ ਜਾ ਸਕਦਾ ਤਾਂ ਕਿ ਤੁਹਾਨੂੰ ਉਹਨਾਂ ਦੇ ਫਲ ਨਾ ਭੁਗਤਣੇ ਪੈਣ। ਇਹਦੇ ਵਿੱਚ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਤੀਰਥ ਨਹਾਉਣਾ ਜਿਹੜਾ ਹੈਗਾ ਉਹ ਇਹਦੇ ਵਾਸਤੇ ਇੱਕ ਬੜਾ ਵੱਡਾ ਮੰਨਿਆ ਗਿਆ ਹੈ, ਜਿਹੜਾ ਬੜਾ ਪਾਪੂਲਰ ਹੈਗਾ। ਲੋਕ ਤੀਰਥ ਤੇ ਨਹਾਉਣ ਲਈ ਇਸੇ ਕਰਕੇ ਜਾਂਦੇ ਹਨ ਕਿ ਪਾਪ ਧੋ ਆਈ ਹੈ, ਅਸੀਂ ਉੱਥੇ ਜਿੰਨੀ ਮੈਲ ਸਾਨੂੰ ਮਾੜੇ ਕਰਮਾਂ ਦੀ ਲੱਗੀ ਆ ਉਹ ਅਸੀਂ ਉਤਾਰ ਆਈ ਹੈ। ਇਸੇ ਤਰ੍ਹਾਂ ਹੀ ਹੋਰ ਵੀ ਕਈ ਕਿਸਮ ਦੇ ਕੰਮ ਇਹ ਪਾਪਾਂ ਨੂੰ ਧੋਣ ਵਾਸਤੇ ਦੱਸੇ ਜਾਂਦੇ ਹਨ। ਤੇ ਤੀਜੇ ਕੰਮ ਉਹ ਹਨ ਕਿ ਜਿਨ੍ਹਾਂ ਦੇ ਕਰਨ ਦੇ ਨਾਲ ਅਗਲਾ ਜਨਮ ਜਿਹੜਾ ਹੈ ਅੱਗਾ ਸਵਾਰਨ ਦੇ ਲਈ, ਅਗਲੇ ਜਨਮ ਦੇ ਵਿੱਚ ਸਵਰਗ ਪ੍ਰਾਪਤ ਕਰਨ ਦੇ ਲਈ, ਉਹ ਤੀਜੇ ਜਿਹੜੇ ਹਨ ਉਹ ਕਿਸਮ ਅਸੀਂ ਕਹਿ ਸਕਦੇ ਹਾਂ, ਉਹ ਕੰਮ ਹੁੰਦੇ ਹਨ ਜਿਹੜੇ ਕਰਮ ਕਾਂਡ ਦੀ ਕਿਸਮ। ਹੁਣ ਇਹ ਸਾਰੇ ਕਰਮ ਕਰਦਿਆਂ ਹੋਇਆਂ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਜਿਹੜਾ ਹੈ ਉਹ ਲੇਸ ਮਾਤਰ ਵੀ ਐਂਟਰ ਨਹੀਂ ਹੁੰਦਾ ਕਿ ਇਹ ਮੈਂ ਉਹ ਕੰਮ ਕਰਾਂ ਜਿਹਦੇ ਨਾਲ ਮੈਂ ਇੱਕ ਚੰਗਾ ਇਨਸਾਨ ਬਣਾਂ, ਮੇਰਾ ਮਨ ਚੰਗਾ ਬਣੇ, ਮੇਰੀ ਹਉਮੈ ਕਾਬੂ ਵਿੱਚ ਆਵੇ, ਮੇਰੇ ਵਿਕਾਰ ਕਾਬੂ ਵਿੱਚ ਆਣ, ਮੈਂ ਚੰਗੇ ਢੰਗ ਨਾਲ ਜਗਤ ਦੇ ਵਿੱਚ ਰਵਾਂ, ਮੈਂ ਚੰਗੇ ਢੰਗ ਨਾਲ ਜਗਤ ਦੇ ਲੋਕਾਂ ਦਾ ਭਲਾ ਕਰਾਂ। ਇਸ ਕਿਸਮ ਦਾ ਕੋਈ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਨਹੀਂ ਆਉਂਦਾ ਕਿ ਮੈਂ ਆਪਣੇ ਮਨ ਨੂੰ ਸਾਧਨਾ ਹੈ। ਤੋ ਕਰਮ ਕਾਂਡ ਦਾ ਜਿਹੜਾ ਫੋਕਸ ਹੈ, ਜਿਵੇਂ ਮੈਂ ਦੱਸਿਆ, ਤਿੰਨ ਹੀ ਹੁੰਦੇ ਹਨ। ਪਹਿਲਾ ਤਾਂ ਇਹ ਹੈ ਕਿ ਦੁਨਿਆਵੀ ਚੀਜ਼ਾਂ ਪ੍ਰਾਪਤ ਕਰਨੀਆਂ, ਦੂਜੀਆਂ ਬੁਰੇ ਕੰਮਾਂ ਦੇ ਜਿਨ੍ਹਾਂ ਨੂੰ ਪਾਪ ਕਹਿੰਦੇ ਹਨ, ਪਾਪਾਂ ਦੇ ਫਲ ਤੋਂ ਬਚਣ ਲਈ ਕੋਈ ਕਰਮ ਕਰਨੇ, ਪਾਪਾਂ ਨੂੰ ਧੋ ਦੇਣਾ। ਤੇ ਤੀਜਾ ਇਹ ਹੈ ਕਿ ਅਗਲੇ ਜਗਤ ਦੇ ਵਿੱਚ ਹੋਰ ਸੁੱਖ ਪ੍ਰਾਪਤ ਕਰਨ ਦੇ ਲਈ ਕੋਈ ਕਰਮ ਕਰਨੇ ਜਿਹਦੇ ਨਾਲ ਮੈਨੂੰ ਉਹ ਸੁੱਖ ਪ੍ਰਾਪਤ ਹੋ ਜਾਵੇ। ਤੋ ਹੁਣ ਇੱਥੇ ਸਾਡਾ ਜੋ ਗੁਰਮਤ ਦਾ ਫਰਕ ਹੈ ਇਸ ਕਰਮ ਕਾਂਡ ਦੇ ਸਿਧਾਂਤ ਦੇ ਨਾਲੋਂ, ਉਹ ਇੱਥੇ ਬੜਾ ਵੱਡਾ ਫਰਕ ਹੈ ਕਿ ਗੁਰਮਤ ਹਮੇਸ਼ਾ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਭਾਈ ਤੂੰ ਚੰਗਾ ਇਨਸਾਨ ਬਣ, ਆਪਣੀ ਹਉਮੈ ਨੂੰ ਕਾਬੂ ਕਰ, ਆਪਣੇ ਵਿਕਾਰਾਂ ਨੂੰ ਕਾਬੂ ਕਰ, ਤਾਂ ਕਿ ਤੇਰਾ ਮਨ ਚੰਗਾ ਬਣੇ ਤੇ ਤੇਰੇ ਕੋਲੋਂ ਚੰਗੇ ਕਰਮ। ਗੁਰਮਤ ਦੇ ਵਿੱਚ ਇਹ ਤਿੰਨੇ ਕੰਮ ਜਿਹੜੇ ਦੱਸੇ ਗਏ ਹਨ ਇਹਨਾਂ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ, ਸਗੋਂ ਇਹ ਜ਼ੋਰ ਦਿੱਤਾ ਜਾਂਦਾ ਹੈ ਕਿ ਤੂੰ ਚੰਗਾ ਇਨਸਾਨ ਬਣ, ਇਸ ਜਗਤ ਦਾ ਚੰਗਾ ਹਿੱਸਾ ਬਣ ਕੇ ਇਹਦਾ ਭਲਾ ਕਰ, ਕੰਟਰੀਬਿਊਟ ਕਰ, ਇਹਦੇ ਵਿੱਚ ਚੰਗੇ ਢੰਗ ਦੇ ਨਾਲ ਤੂੰ ਆਪਣਾ ਜੀਵਨ ਬਚਾ। ਤਾਂ ਫਿਰ ਇਹ ਮਸਲਾ ਆ ਗਿਆ ਕਿ ਜੇ ਅਸੀਂ ਆਪਣੇ ਮਨ ਨੂੰ ਸਾਧਨਾ ਹੈ, ਮਨ ਨੂੰ ਚੰਗਾ ਬਣਾਉਣਾ ਹੈ, ਬੁਰੇ ਕੰਮਾਂ ਨੂੰ
ਸਾਡਾ ਮਨ ਨਾ ਲੋਚੇ ਉਧਰ ਵੱਲ ਨੂੰ ਨਾ ਤੁਰੇ, ਉਧਰੋਂ ਰੁਕਣਾ ਹੈ। ਚੰਗੇ ਕੰਮਾਂ ਦੇ ਖਿਆਲ ਸਾਡੇ ਮਨ ਵਿੱਚ ਆਪਣੇ ਆਪ ਪੈਦਾ ਹੋਣ, ਉਧਰ ਵੱਲ ਨੂੰ ਅਸੀਂ ਤੁਰਨਾ ਹੈ ਤਾਂ ਫਿਰ ਇਹਦਾ ਰਸਤਾ ਕੀ ਦੱਸਿਆ ਗਿਆ ਹੈ? ਉਹ ਰਸਤਾ ਗੁਰਮਤਿ ਦੇ ਵਿੱਚ ਬੜਾ ਸਪਸ਼ਟ ਹੈ, ਬਾਰ ਬਾਰ ਦੱਸਿਆ ਜਾਂਦਾ ਹੈ ਕਿ ਜੇ ਅਸੀਂ ਆਪਾਂ ਬਦਲਣਾ ਹੈ ਤਾਂ ਉਹਦਾ ਇੱਕੋ ਰਾਹ ਹੈ। ਉਹ ਰਾਹ ਤੇ ਸਾਨੂੰ ਗੁਰੂ ਕੋਲੋਂ ਪ੍ਰਾਪਤ ਹੋਣਾ ਹੈ, ਗੁਰੂ ਦੀ ਸਿੱਖਿਆ ਨਾਲ ਪ੍ਰਾਪਤ ਹੋਣਾ ਹੈ। ਪਰ ਉਹ ਰਾਹ ਕੀ ਹੈ ਕਿ ਉਸ ਪ੍ਰਭੂ ਦੇ ਗੁਣਾਂ ਨਾਲ ਜੁੜ, ਉਹਨੂੰ ਯਾਦ ਕਰ, ਉਹਨੂੰ ਪ੍ਰੇਮ ਕਰ, ਉਹਦੇ ਗੁਣਾਂ ਨੂੰ ਬਾਰ ਬਾਰ ਯਾਦ ਕਰ, ਉਹਦੇ ਗੁਣਾਂ ਨਾਲ ਜੁੜ। ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਮਨ ਦੇ ਵਿੱਚ ਕੁਦਰਤੀ ਤੌਰ ਤੇ ਉਹਨਾਂ ਗੁਣਾਂ ਨੂੰ ਧਾਰਨ ਕਰਨ ਲਈ ਇੱਕ ਪ੍ਰੇਰਣਾ ਪੈਦਾ ਹੋਵੇਗੀ, ਇੱਛਾ ਪੈਦਾ ਹੋਵੇਗੀ, ਤੇ ਤੂੰ ਉਸ ਕਿਸਮ ਦਾ ਜੀਵਨ ਤੇਰਾ ਬਣਦਾ ਜਾਏਗਾ। ਜਿੰਨਾ ਤੂੰ ਪ੍ਰਭੂ ਦੇ ਨਾਲ ਜੁੜਦਾ ਜਾਏਗਾ, ਤੇਰਾ ਮਨ ਉਨਾ ਹੀ ਪਵਿੱਤਰ ਹੁੰਦਾ ਜਾਏ। ਮਨ ਸਰੀਰ ਨੂੰ ਧੋਣ ਨਾਲ ਨਹੀਂ, ਬਲਕਿ ਮਨ ਉਦੋਂ ਪਵਿੱਤਰ ਹੋਵੇਗਾ ਜਦੋਂ ਮਨ ਦੇ ਵਿੱਚ ਅਸੀਂ ਪ੍ਰਭੂ ਨਾਲ ਇੰਨਾ ਪ੍ਰੇਮ ਕਰਾਂਗੇ ਕਿ ਪ੍ਰਭੂ ਦਾ ਪ੍ਰੇਮ, ਜਾਂ ਕਹਿ ਲਈਏ ਕਿ ਪ੍ਰਭੂ ਹੀ ਸਾਡੇ ਮਨ ਦੇ ਵਿੱਚ ਵਸਣਾ ਸ਼ੁਰੂ ਹੋ ਜਾਏ। ਤਾਂ ਫਿਰ ਇਸ ਤਰ੍ਹਾਂ ਸਾਨੂੰ ਉਹ ਗੁਣ ਧਾਰਨ ਕਰਨੇ ਹਨ ਉਸ ਪ੍ਰਭੂ ਦੇ ਗੁਣਾਂ ਤੋਂ ਪ੍ਰੇਰਨਾ ਲੈ ਕੇ, ਜਿਹੜੇ ਗੁਣ ਸਾਨੂੰ ਬਾਣੀ ਦੇ ਵਿੱਚ, ਖਾਸ ਕਰ ਮੂਲ ਮੰਤਰ ਦੇ ਵਿੱਚ ਹੀ ਜਿਵੇਂ ਪ੍ਰਭੂ ਦਾ ਸਰੂਪ ਬਿਆਨ ਕੀਤਾ ਹੈ, ਉਹਦੇ ਗੁਣ ਦੱਸੇ ਹਨ। ਤਾਂ ਉਹਨਾਂ ਗੁਣਾਂ ਨਾਲ ਜੁੜ ਕੇ ਅਸੀਂ ਫਿਰ ਕੀ ਕਰਨਾ ਹੈ ਕਿ ਜਦੋਂ ਉਹਦੇ ਨਾਲ ਪ੍ਰੇਮ ਹੋਏਗਾ ਤਾਂ ਫਿਰ ਉਹਦੇ ਬਣਾਏ ਜਗਤ ਦੇ ਨਾਲ ਵੀ ਸਾਡਾ ਪ੍ਰੇਮ ਹੋਏਗਾ, ਉਹਦੇ ਬਣਾਏ ਜੀਵਾਂ ਦੇ ਨਾਲ, ਬਨਸਪਤੀ ਦੇ ਨਾਲ, ਉਹਦੇ ਬਣਾਏ ਮਨੁੱਖਾਂ ਦੇ ਨਾਲ, ਹਰ ਮਨੁੱਖ ਮਾਤਰ ਦੇ ਨਾਲ ਪ੍ਰੇਮ ਹੋਏਗਾ। ਅਸੀਂ ਕਿਸੇ ਨੂੰ ਉੱਚਾ ਨੀਵਾਂ ਨਹੀਂ ਸਮਝਾਂਗੇ। ਜੇ ਅਸੀਂ ਉਹਨੂੰ ਸਾਰੇ ਜਗਤ ਦਾ ਪਿਤਾ ਮੰਨਦੇ ਹਾਂ, ਸਾਰਿਆਂ ਨੂੰ ਉਹਦੀ ਔਲਾਦ ਮੰਨਦੇ ਹਾਂ, ਤੇ ਫਿਰ ਜਗਤ ਦੇ ਵਿੱਚ ਸਾਡੇ ਜਿਹੜੇ ਵਖਰੇਵੇਂ ਹਨ ਉਹ ਆਟੋਮੈਟਿਕਲੀ ਸਾਡੀ ਨਜ਼ਰ ਦੇ ਵਿੱਚੋਂ ਨਿਕਲ ਜਾਣ। ਤੇ ਫਿਰ ਜਦੋਂ ਅਸੀਂ ਇਸ ਰਾਹ ਤੇ ਪੈ ਜਾਵਾਂਗੇ ਤੇ ਇੱਕ ਨੈਚੁਰਲ ਕੰਸੀਕੁਐਂਸ ਜਿਹੜਾ ਅੱਗੇ ਨਿਕਲਦਾ ਹੈ ਉਹ ਇਹ ਹੈ ਕਿ ਫਿਰ ਅਸੀਂ ਇਹੋ ਕਹਿ ਲਈਏ ਕਿ ਸਰਬੱਤ ਦੇ ਭਲੇ ਦੇ ਮਾਰਗ ਉੱਤੇ ਤੁਰਨਾ ਸ਼ੁਰੂ ਕਰ ਦੇਵਾਂਗੇ। ਇਸ ਜਗਤ ਨੂੰ ਪਿਆਰ ਕਰਾਂਗੇ, ਇਸ ਜਗਤ ਨੂੰ ਛੱਡ ਕੇ ਨਹੀਂ ਜਾਵਾਂਗੇ, ਤਾਂ ਕਿ ਅਸੀਂ ਇਸ ਜਗਤ ਦੇ ਨਾਲ ਪ੍ਰੇਮ ਦਾ ਵਰਤਾਰਾ ਕਰ ਸਕੀਏ, ਫਿਰ ਇਹਦਾ ਤਿਆਗ ਨਹੀਂ ਕਰਾਂਗੇ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਗੁਰਮਤਿ ਸਾਨੂੰ ਸਿਖਾਉਂਦੀ ਹੈ। ਪਰ ਇਹਦੇ ਵਾਸਤੇ ਨਾਲ ਇੱਕ ਸਾਨੂੰ ਗੱਲ ਸਮਝਾਈ ਗਈ ਹੈ ਕਿ ਸਾਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਉਸ ਮੈਲ ਕਰਕੇ ਸਾਡੀ ਸਮਝ ਦੇ ਵਿੱਚ ਇਹ ਗੱਲਾਂ ਆਪਣੇ ਆਪ ਆਉਣੀਆਂ ਉਦੋਂ ਤੱਕ ਨਹੀਂ ਪੋਸੀਬਲ ਹੈਗੀਆਂ ਜਦੋਂ ਤੱਕ ਸਾਨੂੰ ਕੋਈ ਉੱਚੀ ਅਵਸਥਾ ਵਾਲਾ ਗੁਰੂ ਮਿਲੇ ਜਿਹੜਾ ਕਿ ਸਾਨੂੰ ਇਹ ਗੱਲਾਂ ਸਮਝਾਵੇ। ਉਸ ਗੁਰੂ ਦਾ ਉਪਦੇਸ਼, ਉਹਦਾ ਸ਼ਬਦ, ਉਹਦੀ ਬਾਣੀ ਸਾਡੇ ਹਿਰਦੇ ਵਿੱਚ ਵਸੇ, ਤੇ ਫਿਰ ਜਿਹੜਾ ਹੈਗਾ ਉਹ ਸਾਡਾ ਜੀਵਨ ਉਸ ਤਰੀਕੇ ਦਾ ਬਣਨਾ ਸ਼ੁਰੂ ਹੋਏਗਾ ਕਿ ਅਸੀਂ ਇੱਕ ਪਾਸੇ ਪ੍ਰਭੂ ਦੇ ਨਾਲ ਜੁੜਾਂਗੇ, ਉਹਦੇ ਗੁਣਾਂ ਨੂੰ ਧਾਰਨ ਕਰਾਂਗੇ, ਤੇ ਦੂਜੇ ਪਾਸੇ ਉਸ ਪ੍ਰਭੂ ਦੇ ਬਣਾਏ ਜਗਤ ਦੇ ਨਾਲ ਵੀ ਓਨਾ ਹੀ ਪ੍ਰੇਮ ਕਰਾਂਗੇ, ਤੇ ਉਹਦੇ ਜਗਤ ਦੇ ਨਾਲ ਅਸੀਂ ਬੜਾ ਚੰਗਾ ਸਰਬੱਤ ਦੇ ਭਲੇ ਵਾਲਾ ਸਾਡਾ ਵਰਤਾਰਾ ਰਹੇਗਾ। ਤੋ ਇਹ ਮੁੱਖ ਤੌਰ ਦੇ ਉੱਤੇ ਫਰਕ ਹੈ। ਇੱਕ ਪਾਸੇ ਉਹ ਹਨ ਜਿਹੜੇ ਜਗਤ ਦੇ ਨਾਲ ਤਾਂ ਕੀ ਜੁੜਨਾ, ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਦੀ ਵੀ ਇੱਛਾ ਨਹੀਂ ਹੁੰਦੀ, ਉਹ ਕੇਵਲ ਤੇ ਕੇਵਲ ਇਹ ਚਾਹੁੰਦੇ ਹੁੰਦੇ ਹਨ ਕਿ ਮੇਰਾ ਅਗਲਾ ਜਨਮ ਜਿਹੜਾ ਮੌਤ ਤੋਂ ਬਾਅਦ ਮੈਨੂੰ ਜੋ ਕੁਝ ਵੀ ਪ੍ਰਾਪਤ ਹੋਣਾ ਹੈ, ਜੋ ਮਰਨ ਤੋਂ ਬਾਅਦ ਮੈਨੂੰ ਸਵਰਗ ਪ੍ਰਾਪਤ ਹੋਣਾ ਹੈ, ਉਹ ਮੇਰਾ ਚੰਗਾ ਗੁਜ਼ਰੇ, ਤੇ ਜਾਂ ਮੇਰਾ ਜਿਸ ਜਨਮ ਦੇ ਵਿੱਚ ਮੈਂ ਜ਼ਿੰਦਾ ਹਾਂ ਹੁਣ ਹਾਂ, ਉਹ ਮੇਰਾ ਹੋਰ ਬਹੁਤ ਸਮ੍ਰਿੱਧ ਹੋਵੇ, ਪ੍ਰੋਸਪਰਸ ਹੋਵੇ, ਮੈਨੂੰ ਇਹਦੇ ਵਿੱਚ ਸਾਰੇ ਸੁੱਖ ਆਰਾਮ ਮਿਲਣ, ਇਸ ਤੋਂ ਅੱਗੇ ਉਹਨਾਂ ਦੀ ਸੋਚ ਨਹੀਂ। ਬਸ ਇੱਥੇ ਹੀ ਅਗਰ ਇਹ ਗੱਲ ਸਾਨੂੰ ਸਮਝ ਲੱਗ ਗਈ ਕਿ ਗੁਰਮਤਿ ਸਾਨੂੰ ਬੇਸਿਕਲੀ ਕੀ ਸਿਖਾਉਂਦੀ ਹੈ। ਅਸੀਂ ਬਾਰ ਬਾਰ ਵਿਦਵਾਨਾਂ ਤੋਂ ਪੜ੍ਹਦੇ ਹਾਂ, ਸੁਣਦੇ ਹਾਂ, ਉਹ ਕਹਿੰਦੇ ਨੇ ਕਿ ਗੁਰਮਤਿ ਦੇ ਵਿੱਚ ਕੁਝ ਪ੍ਰਾਪਤ ਕਰਨ ਦਾ ਮਨੋਰਥ ਨਹੀਂ ਹੈ, ਕੁਝ ਬਣਨ ਦਾ ਮਨੋਰਥ ਹੈ। ਇਹ ਇੱਕ ਬੜਾ, ਦੋ ਲਾਈਨਾਂ ਦੇ ਵਿੱਚ ਗੱਲ ਸਾਰੀ ਸਮਰਾਈਜ਼ ਹੋ ਜਾਂਦੀ ਹੈ ਕਿ ਅਸੀਂ ਕੋਈ ਚੀਜ਼ ਨੂੰ ਪ੍ਰਾਪਤ ਕਰਨ ਲਈ ਕੋਈ ਯਤਨ ਨਹੀਂ ਕਰਨਾ, ਅਸੀਂ ਕੁਝ ਬਣਨ ਦਾ ਯਤਨ ਕਰਨਾ ਹੈ, ਤੇ ਜਦੋਂ ਅਸੀਂ ਉਹ ਬਣ ਜਾਵਾਂਗੇ, ਸਾਡੇ ਅਸੀਂ ਜਿਹੜੀਆਂ ਚੀਜ਼ਾਂ ਦਾ ਤਿਆਗ ਕਰਨਾ ਹੈ, ਮਾੜੀਆਂ ਚੀਜ਼ਾਂ ਦਾ, ਮਨ ਦੇ ਮਾੜੇ ਵਿਚਾਰਾਂ ਦਾ, ਵਿਕਾਰਾਂ ਦਾ, ਜਦੋਂ ਉਹ ਤਿਆਗ ਹੋ ਜਾਏਗਾ, ਚੰਗੇ ਸਾਡੇ ਮਨ ਦੇ ਅੰਦਰ ਭਾਵਨਾਵਾਂ ਪੈਦਾ ਹੋ ਜਾਣਗੀਆਂ, ਚੰਗੇ ਵਿਚਾਰ ਪੈਦਾ ਹੋ ਜਾਣਗੇ, ਫਿਰ ਜੋ ਸੁੱਖ ਪ੍ਰਾਪਤ ਹੁੰਦਾ ਹੈ ਉਹ ਸੁੱਖ ਸਾਰੇ ਹੀ ਦੁਨਿਆਵੀ ਸੁੱਖਾਂ ਤੋਂ ਕਿਤੇ ਉੱਤੇ ਹੈ, ਉਹਦਾ ਇਹ ਕੋਈ ਵੀ ਮੁਕਾਬਲਾ ਨਹੀਂ ਕਰ ਸਕਦੇ।
ਇਹਨਾਂ ਚੀਜ਼ਾਂ ਨੂੰ ਹੀ ਬੜੀ ਉੱਚੀ ਅਵਸਥਾ ਦਾ ਨਾਮ ਗੁਰਮਤਿ ਦੇ ਵਿੱਚ ਦਿੱਤਾ ਗਿਆ ਹੈ, ਜਿਨ੍ਹਾਂ ਦੀ ਪ੍ਰਾਪਤੀ ਕਰਨ ਦੇ ਵਾਸਤੇ ਸਾਨੂੰ ਬਾਰ ਬਾਰ ਜਿਹੜੀ ਹੈ ਉਹ ਪ੍ਰੇਰਣਾ ਦਿੱਤੀ ਜਾਂਦੀ ਹੈ, ਜਿਹਨੂੰ ਕਿਤੇ ਚੌਥਾ ਪਦ ਕਿਹਾ ਗਿਆ ਹੈ, ਜਿੱਥੇ ਵਿਸਮਾਦ ਅਵਸਥਾ ਕਿਹਾ ਗਿਆ ਹੈ, ਜਾਂ ਪਰਮ ਪਦ ਕਿਹਾ ਗਿਆ ਹੈ, ਆਨੰਦ ਦੀ ਸਹਿਜ ਦੀ ਅਵਸਥਾ ਕਿਹਾ ਗਿਆ ਹੈ। ਤੋ ਇਹ ਸਾਰੀਆਂ ਅਵਸਥਾਵਾਂ ਤੱਕ ਪਹੁੰਚਣ ਲਈ ਸਾਨੂੰ ਕੁਝ ਪੜ੍ਹਨਾ ਪਏਗਾ, ਸਾਨੂੰ ਆਪਣੇ ਆਪ ਨੂੰ ਮੋਡੀਫਾਈ ਕਰਨਾ ਪਏਗਾ, ਸੁਧਾਰਨਾ ਪਏਗਾ, ਡਿਵੈਲਪ ਕਰਨਾ ਪਏਗਾ, ਉਸ ਤੋਂ ਬਾਅਦ ਹੀ ਅਸੀਂ ਉਸ ਰਾਹ ਦੇ ਉੱਤੇ ਚੱਲ ਸਕਦੇ ਹਾਂ। ਤੋ ਗੱਲ ਗੁਰਮਤਿ ਦੇ ਵਿੱਚ ਇਹ ਹੈ ਕਿ ਅਸੀਂ ਆਪਣੇ ਜੀਵਨ ਦੀ, ਅਸੀਂ ਕਹੀਏ ਕਿ ਸਿਰਜਣਾ ਕਰਨੀ ਹੈ, ਉਹ ਗੁਰਮਤੀ ਜੀਵਨ ਦੀ ਸਿਰਜਣਾ ਕਰ। ਇਸੇ ਜਦੋਂ ਇਸ ਗੱਲ ਨੂੰ ਸਮਝ ਲਵਾਂਗੇ ਕਿ ਗੁਰਮਤਿ ਸਾਨੂੰ ਇਹ ਕਿਹੜੇ ਰਾਹ ਤੇ ਤੁਰ ਰਹੀ ਹੈ, ਤੇ ਬਾਕੀ ਜਿਹੜੇ ਬਾਹਰੀ ਦਿਸਦੇ ਕਰਮ ਹਨ, ਕਰਮ ਕਾਂਡ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹ ਕਿਸ ਰਾਹ ਤੇ ਤੁਰ ਰਹੇ ਹਨ, ਉਹ ਜਿਹੜਾ ਕੰਟਰਾਸਟ ਹੈ, ਸਾਨੂੰ ਉਹ ਝੱਟ ਹੀ ਜਿਹੜਾ ਹੈ ਉਹ ਸਮਝ ਆ ਜਾਏਗਾ ਕਿ ਇਹ ਫਰਕ ਕਿੱਥੇ ਹੈ। ਤੋ ਵੀਰ ਜੀ ਇੱਕ ਸ਼ਬਦ ਡਿਸਪਲੇ ਕਰ ਦਿਓ ਜੀ, ਹੱਠ ਨਿਗ੍ਰਹਿ ਕਰ ਕਾਇਆ ਛੀਜੈ। ਹੱਠ ਨਿਗ੍ਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ। ਇਹ ਸ਼ਬਦ ਦੇ ਵਿੱਚ ਸਾਨੂੰ ਇਹ ਗੱਲ ਬੜੇ ਆਸਾਨੀ ਨਾਲ ਸਮਝ ਲੱਗ ਜਾਂਦੀ ਹੈ। ਹਾਂਜੀ, ਹੱਠ ਨਿਗ੍ਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ। ਵੀ ਅਸੀਂ ਹੱਠ ਕਰਕੇ ਜ਼ੋਰ ਲਗਾ ਕੇ ਅਸੀਂ ਮਨ ਨੂੰ ਸਾਧਨ ਦੀ ਜਾਂ ਮਨ ਨੂੰ ਚੰਗਾ ਬਣਾਉਣ ਲਈ ਉਹ ਕੁਝ ਅਸੀਂ ਕਰਦੇ ਹਾਂ, ਜਿਹਦੇ ਨਾਲ ਸਾਡਾ ਮਨ ਜਿਹੜਾ ਅਸੀਂ ਉਹਨੂੰ ਦੂਜੇ ਪਾਸਿਆਂ ਤੋਂ ਰੋਕ ਸਕੀਏ, ਇਹਨੂੰ ਹੱਠ ਨਿਗ੍ਰਹਿ ਦੀ ਕਰਦੀ। ਇਹ ਅਸੀਂ ਕਰਦੇ ਕਿਸ ਤਰ੍ਹਾਂ ਹਾਂ, ਇਹ ਕਰਮ ਕਾਂਡੀ ਕਰਦੇ ਕਿਸ ਤਰ੍ਹਾਂ ਹਨ, ਉਹ ਕਰ ਕਾਇਆ ਛੀਜੈ, ਉਹ ਮਨ ਦੇ ਉੱਤੇ ਸਿੱਧਾ ਪ੍ਰਭਾਵ ਪਾਉਣ ਦੀ ਉਹਨਾਂ ਦੇ ਕੋਲ ਕੋਈ ਵਿਚਾਰ ਨਹੀਂ ਪੈਦਾ ਹੁੰਦਾ, ਉਹ ਆਪਣੀ ਕਾਇਆ ਦੇ ਉੱਤੇ ਹੀ ਜ਼ਬਰਦਸਤੀ ਹੱਠ ਕਰਕੇ ਆਪਣੇ ਮਨ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਕਾਇਆ ਛੀਜੈ, ਉਹਦੇ ਨਾਲ ਹੁੰਦਾ ਕੀ ਹੈ ਕਿ ਸਿਰਫ ਉਹਦੇ ਨਾਲ ਜਿਹੜਾ ਸਰੀਰ ਨੂੰ ਹੀ ਤਕਲੀਫ ਪਹੁੰਚਦੀ ਹੈ। ਹੁਣ ਜਿਸ ਤਰ੍ਹਾਂ ਉਹ ਕਰਦੇ ਨੇ ਕਿ ਇੱਕ ਪੈਰ ਦੇ ਉੱਤੇ ਖੜੇ ਹੋ ਕੇ ਸਮਾਧੀ ਲਾ ਕੇ ਖੜੇ ਹੋ ਜਾਣਾ, ਕਿਸੇ ਨੇ ਪਾਣੀ ਦੇ ਵਿੱਚ ਬੈਠ ਕੇ ਸਮਾਧੀ ਲਾ ਲੈਣੀ, ਜਾਂ ਬਾਹਾਂ ਉੱਪਰ ਖੜੀਆਂ ਕਰਕੇ ਕਿਸੇ ਤਰੀਕੇ ਦੇ ਨਾਲ ਸਰੀਰ ਨੂੰ ਕਸ਼ਟ ਦੇ ਕੇ ਉਹ ਸਮਝਦੇ ਹਨ ਕਿ ਇਹਦੇ ਨਾਲ ਮਨ ਸਾਡਾ ਇਕਾਗਰ ਹੋ ਜਾਏਗਾ। ਜੋ ਅਸੀਂ ਸਾਧਨਾ ਕਰ ਰਹੇ ਹਾਂ ਜਿਸ ਚੀਜ਼ ਦੀ ਪ੍ਰਾਪਤੀ ਵਾਸਤੇ, ਉਹ ਫਿਰ ਸਾਡੀ ਸਾਧਨਾ ਸਫਲ ਹੋ ਜਾਏਗੀ ਕਿਉਂਕਿ ਸਾਡਾ ਮਨ ਇਕਾਗਰ ਹੋਏਗਾ। ਪਰ ਸਤਿਗੁਰੂ ਕਹਿੰਦੇ ਹਨ ਕਿ ਇਹਦੇ ਨਾਲ ਮਨ ਤਾਂ ਕਿਤੇ ਗਿਆ ਨਹੀਂ, ਮਨ ਦੇ ਉੱਤੇ ਤਾਂ ਕੋਈ ਅਸਰ ਹੋਇਆ ਨਹੀਂ। ਹਾਂ, ਸਰੀਰ ਤੁਹਾਡਾ ਛਿਜ ਗਿਆ, ਦੁਖੀ ਹੋ ਗਿਆ, ਪਰੇਸ਼ਾਨ ਹੋ ਗਿਆ, ਉਹਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ, ਤੇ ਵਰਤ ਤਪਨ ਕਰ ਮਨ ਨਹੀਂ ਭੀਜਿਆ। ਵਰਤ ਰੱਖਣ ਨਾਲ, ਤਪ ਤਾਪਣ ਨਾਲ, ਹੁਣ ਤਪ ਤਾਪਣ ਦੇ ਨਾਲ ਅਸੀਂ ਤਪ ਦਾ ਮਤਲਬ ਸਮਾਧੀਆਂ ਲਾਉਣ ਨੂੰ ਅਕਸਰ ਕਹਿ ਦਿੰਦੇ ਹਾਂ, ਪਰ ਜਿਹੜੇ ਕਰਨ ਵਾਲੇ ਨੇ ਉਹ ਤਾਂ ਧੂਣੀਆਂ ਚਾਰੇ ਪਾਸੇ ਤਪਾ ਕੇ ਗਰਮੀਆਂ ਦੇ ਵਿੱਚ ਉਹ ਤਪ ਤਪ ਤਾਪਦੇ ਨੇ, ਤੇ ਫਿਰ ਜਦੋਂ ਸਰਦੀ ਆਉਂਦੀ ਹੈ ਤਾਂ ਠੰਡੇ ਪਾਣੀ ਦੇ ਸੌਸਲ ਘੜੇ ਆਪਣੇ ਸਿਰ ਤੇ ਪਾਉਂਦੇ ਨੇ। ਇਹ ਵਰਤ ਤਪਨ ਕਰ ਮਨ ਨਹੀਂ ਭੀਜਿਆ, ਮਨ ਤੇ ਇਹਦਾ ਕੋਈ ਅਸਰ ਨਹੀਂ ਹੁੰਦਾ, ਉਹ ਭਿੱਜਦਾ ਨਹੀਂ ਹੈ, ਭਾਵ ਬਿਲਕੁਲ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਰਾਮ ਨਾਮ ਸਰ ਅਵਰ ਨਾ ਪੂਜਿਆ। ਕੋਈ ਵੀ ਚੀਜ਼ ਪਰਮਾਤਮਾ ਦੇ ਨਾਮ ਨੂੰ ਯਾਦ ਕਰਨ ਦੀ, ਸਿਮਰਨ ਦੀ, ਦਿਲ ਦੇ ਵਿੱਚ ਮਨ ਦੇ ਵਿੱਚ ਵਸਾਉਣ ਦੀ ਜਿਹੜੀ ਗੱਲ ਹੈ, ਉਹਦੇ ਤੁਲ ਇਹਨਾਂ 'ਚ ਕੋਈ ਵੀ ਚੀਜ਼ ਨਹੀਂ ਪਹੁੰਚ ਸਕਦੀ। ਤੇ ਅੱਗੇ ਸਤਿਗੁਰੂ ਜੀ ਜਿਹੜੇ ਸਾਨੂੰ ਉਪਦੇਸ਼ ਦੇ ਰਹੇ ਹਨ, ਗੁਰਸੇਵ ਮਨਾ ਹਰ ਜਨ ਸੰਗ ਕੀਜੈ। ਗੁਰੂ ਦੀ ਦੱਸੀ ਸੇਵਾ ਕਰ, ਭਾਵ ਗੁਰੂ ਦੇ ਦੱਸੇ ਰਾਹ ਤੇ ਤਰ, ਤੇ ਹਰੀ ਜਨਾਂ ਦੀ ਜਿਹੜੇ ਇਸ ਰਾਹ ਦੇ ਉੱਤੇ ਤਰ ਰਹੇ, ਚੱਲ ਰਹੇ ਹਨ, ਜਿਹੜੇ ਜਨ ਸੰਤ ਜਨ, ਭਗਤ ਜਨ, ਗੁਰਮੁਖ ਜਨ, ਉਹਨਾਂ ਦੀ ਸੰਗਤ ਕਰ। ਜਮ ਜੰਦਾਰ ਜੋ ਨਹੀਂ ਸਕਿਆ। ਤੈਨੂੰ ਡਰ ਲੱਗਦਾ ਹੈ ਨਾ ਕਿ ਤੂੰ ਕਿਤੇ ਨਰਕੇ ਚ ਨਾ ਪਹੁੰਚ ਜਾਵੇਂ, ਤਾਂ ਫਿਰ ਤੂੰ ਇਹ ਸੇਵਾ ਕਰ, ਗੁਰੂ ਦਾ ਹੁਕਮ ਮੰਨ, ਇਹਦੇ ਨਾਲ ਤੈਨੂੰ ਫਾਇਦਾ ਹੋਏਗਾ। ਸਰਪਣ ਡਸ ਨਾ ਸਕੈ, ਮਾਇਆ ਸਪਨੀ ਜਿਹੜੀ ਹੈਗੀ ਹੈ ਉਹ ਤੈਨੂੰ ਆਪਣੇ ਗਲਵੇ ਦੇ ਵਿੱਚ ਨਹੀਂ ਲੈ ਸਕਦੀ। ਹਰ ਕਾ ਰਸ ਪੀ ਜਾ, ਹਰੀ ਦੇ ਨਾਲ ਜੁੜ ਕੇ ਉਹਦਾ ਰਸ ਪੀ। ਪਰ ਇਹਦੇ ਵਾਸਤੇ ਕਰਨਾ ਕੀ ਪਏਗਾ ਕਿ ਉਸ ਪ੍ਰਭੂ ਦੇ ਨਾਮ ਦੇ ਨਾਲ, ਉਹਦੀ ਸਿਫਤ ਸਲਾਹ ਦੇ ਨਾਲ, ਉਹਦੇ ਪ੍ਰੇਮ ਦੇ ਨਾਲ ਜੁੜਨਾ ਪਏਗਾ। ਇਸੇ ਤਰ੍ਹਾਂ ਹੀ ਇੱਕ ਹੋਰ ਕੈਟਾਗਰੀ ਅਗਲੀ ਉਹਨਾਂ ਨੇ ਦੱਸ ਦਿੱਤੀ, ਵਾਦ ਪੜਾ ਰਾਗੀ ਜਸ ਕੀ ਜਗ ਭੀਜਾ। ਹੁਣ ਵਾਦ ਪੜਾ, ਜਿਹੜੇ ਵੱਡੇ ਵਿਦਵਾਨ ਨੇ ਉਹ ਬੜੀ ਬਹਿਸ ਕਰਦੇ ਆ, ਉਹ ਬਹਿਸਾਂ ਕਰ ਰਹੇ ਹਨ, ਉਹਦੇ ਵਿੱਚ ਹੀ ਆਪਣੀ
उन्होंने सतगुरु जी ने रागी जग भीजा ये रंग तमाशियां दे नाल ही उन्होंने कंपेयर कर दिता कि भी ये रंग तमाशिया वाली गल हो गई जेड़ा तुसी वाद पढ़ा रागी जग भीजा तेन ओही बड़ा चंगा लगता है इसे नु धार्मिक काम समझदा ते इहदे विच फसिया होया त्रै गुण बिखिया जन्म मरी जा त्रै गुण भाव जिहड़ी माया त्रै गुणी माया है ओहदे ਉਹ ਜਿਹੜੀ ਜ਼ਹਿਰ ਵਰਗੀ ਹੈ ਸਾਡੇ ਮਤਲਬ ਇਸ ਜਨਮ ਨੂੰ ਵੇਸਟ ਕਰਨ ਵਾਲੀ ਹੈ ਖਤਮ ਕਰਨ ਵਾਲੀ ਹੈ ਉਹਦੇ ਵਿੱਚ ਫਸ ਕੇ ਜਨਮ ਤੇਰਾ ਹੈ ਉਹ ਜਨਮ ਮਰੀਜਾ ਭਾਵ ਤੇਰਾ ਜਨਮ ਜਿਹੜਾ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਬੇਫਾਇਦਾ ਹੋ ਜਾਂਦਾ ਹੈ ਤੇ ਤੈਨੂੰ ਫੇਰ ਦੁਬਾਰਾ ਇਸ ਚੀਜ਼ ਨੂੰ ਪ੍ਰਾਪਤ ਕਰਨ ਲਈ ਇਸ ਜਗਤ ਦੇ ਵਿੱਚ ਆਉਣਾ ਪੈਂਦਾ ਤੋ ਜਨਮ ਤੇਰਾ ਵੇਸਟ ਹੋ ਗਿਆ ਰਾਮ ਨਾਮ ਬਿਨ ਦੁਖ ਸਹਿਜ ਜਦੋਂ ਤੱਕ ਤੂੰ ਆਪਣੇ ਮਨ ਨੂੰ ਸਾਧਨ ਲਈ ਉਸ ਪ੍ਰਭੂ ਦੇ ਪ੍ਰੇਮ ਦੇ ਨਾਲ ਨਹੀਂ ਆਪਣੇ ਆਪ ਨੂੰ ਸਰਸ਼ਾਰ ਕਰੇਗਾ ਉਦੋਂ ਤੱਕ ਤੇਰਾ ਜਿਹੜਾ ਹੈ ਇਹ ਤੈਨੂੰ ਹੋਰ ਦੁੱਖ ਹੀ ਸਹਿਣੇ ਪੈਣਗੇ ਕਿਉਂਕਿ ਜਦ ਤੱਕ ਤੇਰਾ ਮਨ ਉਸ ਅਵਸਥਾ 'ਚ ਨਹੀਂ ਪਹੁੰਚਦਾ ਉਦੋਂ ਤੱਕ ਤੈਨੂੰ ਦੁੱਖ ਹੀ ਦੁੱਖ ਸਹਿਣੇ ਪੈਣ ਫਿਰ ਅੱਗੇ ਇੱਕ ਹੋਰ ਗੱਲ ਕਰਦੇ ਹਨ ਕਿ ਚਾੜਸ ਪਵਨ ਸਿੰਘਾਸਨ ਪੀਜਾ ਹੁਣ ਪਵਨ ਨੂੰ ਚੜਾ ਲੈਂਦੇ ਨੇ ਜੋਗੀ ਤੇ ਉਹਦੇ ਨਾਲ ਉਹ ਕਹਿੰਦੇ ਹਨ ਕਿ ਜਿਹੜਾ ਹੈਗਾ ਇਤਨਾ ਹੀ ਮਿਹਨਤ ਕਰਦਾ ਹੈ ਇਤਨੀ ਮਿਹਨਤ ਕਰਦਾ ਹੈ ਕਿ ਉਹ ਸਿਰ ਤੋਂ ਲੈ ਕੇ ਤੇ ਬੈਠਣ ਵਾਲੀ ਥਾਂ ਤੱਕ ਵੀ ਜਿਹੜਾ ਪਸੀਨੇ ਨਾਲ ਭਿੱਜ ਜਾਂਦਾ ਇਸ ਕੰਮ ਦੇ ਲਈ ਬੜੀ ਮਿਹਨਤ ਕਰਦਾ ਹੈ ਨਿਯੋਲੀ ਕਰਮ ਖਟ ਕਰਮ ਕਰੀਜਾ ਤੇ ਉਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਆਪਣੇ ਨਿਯੋਲੀ ਕਰਮ ਹਨ ਆਪਣੇ ਆਂਦਰਾਂ ਨੂੰ ਕਰਨਾ ਤੇ ਸਾਰਾ ਜਿਹੜਾ ਉਹਨਾਂ ਦਾ ਸਿਸਟਮ ਹੈ ਉਹ ਸਾਰੇ ਜਿਹੜੇ ਕੰਮ ਹਨ 6 ਕਰਮ ਹਨ ਉਹ ਕੋਈ ਕਪੜਾ ਨਿਗਲਣਾ ਕੋਈ ਪਾਣੀ ਅੰਦਰ ਖਿੱਚਣਾ ਕਈ ਕੁਛ ਕਰਦਾ ਹੈ ਕਿਉਂ ਕਰਦਾ ਹੈ ਕਿ ਮੈਂ ਆਪਣੇ ਮਨ ਨੂੰ ਇਕਾਗਰ ਕਰਕੇ ਉਹ ਸਮਾਧੀ ਦੀ ਅਵਸਥਾ ਪ੍ਰਾਪਤ ਕਰ ਸਕਾਂ ਇਹ ਹੁਣ ਜੋਗੀ ਦੀ ਸੋਚ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਇਹਨਾਂ ਕਰਮਾਂ ਦੇ ਵਿੱਚ ਤੂੰ ਜਦੋਂ ਇੱਕ ਇੱਕ ਸਾਸ ਵੀ ਲੈ ਰਿਹਾ ਨਾ ਜਿੰਨਾ ਜੀਵਨ ਤੋਂ ਇਸ ਇਹਨਾਂ ਕੰਮਾਂ ਵਿੱਚ ਬਿਤਾ ਰਿਹਾ ਉਹ ਬਿਰਥਾ ਹੈ ਕਿਉਂਕਿ ਇਹਨਾਂ ਚੋਂ ਕਿਸੇ ਦੇ ਨਾਲ ਵੀ ਤੇਰੇ ਮਨ ਦੇ ਉੱਤੇ ਕੋਈ ਅਸਰ ਨਹੀਂ ਮਨ ਤੇਰਾ ਨਹੀਂ ਭਿਜਿਆ ਉਸ ਪ੍ਰਭੂ ਦੇ ਪ੍ਰੇਮ ਦੇ ਔਰ ਮਨ ਨਹੀਂ ਭਿਜਿਆ ਦਾ ਅਰਥ ਬੜਾ ਕਲੀਅਰ ਹੈ ਕਿ ਜਦੋਂ ਤੱਕ ਮਨ ਨਹੀਂ ਚੇਂਜ ਹੋਇਆ ਸਾਡੇ ਮਨ ਦੇ ਵਿੱਚੋਂ ਔਗਣ ਨਹੀਂ ਨਿਕਲੇ ਗੁਣ ਨਹੀਂ ਅਸੀਂ ਧਾਰਨ ਕੀਤੇ ਤਾਂ ਫਿਰ ਇਹ ਸਾਰੇ ਇਹ ਵੀ ਕਰਮ ਕਾਂਡ ਹੀ ਹਨ ਜਿਹੜੇ ਅਸੀਂ ਕਰ ਰਹੇ ਹਾਂ ਇਹਨਾਂ ਦੇ ਨਾਲ ਵੀ ਕੋਈ ਫਾਇਦਾ ਨਹੀਂ ਹੁਣ ਅੱਗੇ ਆਇਆ ਕਿ ਅੰਤਰ ਪੰਜ ਅਗਨ ਕਿਉਂ ਧੀਰਜ ਧੀਜ ਹੁਣ ਇਹ ਜਿਹੜੇ ਪੰਜ ਅਗਨੀਆਂ ਹਨ ਸਾਡੇ ਅੰਦਰ ਉਹਨਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਸਾਡੇ ਅੰਦਰ ਉਹ ਭੜਕ ਰਹੇ ਹਨ ਤੇ ਮਨ ਨੂੰ ਕਦੀ ਵੀ ਚੈਨ ਨਹੀਂ ਪੈ ਸਕਦਾ ਗੁਰਮੁਖ ਹੋਏ ਕਾਇਆ ਗੜ ਲੀਜੈ ਹੁਣ ਸੌਰੀ ਅੰਤਰ ਚੋਰ ਕਿਉਂ ਸਾਧ ਲਹੀਜੈ ਹੁਣ ਅੰਦਰ ਜਿਹੜਾ ਹੈ ਉਹ ਵਸ ਰਿਹਾ ਹੈ ਚੋਰ ਵਸ ਰਿਹਾ ਹੈ ਜਦ ਤੱਕ ਅੰਤਰ ਚੋਰ ਵਸ ਰਿਹਾ ਹੈ ਉਦੋਂ ਤੱਕ ਉਸ ਆਤਮਕ ਆਨੰਦ ਦਾ ਸਵਾਦ ਸਾਨੂੰ ਆ ਹੀ ਨਹੀਂ ਸਕਦਾ ਉਹ ਧੀਰਜ ਕਦੀ ਮਿਲ ਹੀ ਨਹੀਂ ਸਕਦਾ ਉਹ ਆਨੰਦ ਦੀ ਅਵਸਥਾ ਸਹਿਜ ਦੀ ਅਵਸਥਾ ਕਦੀ ਪ੍ਰਾਪਤ ਹੀ ਨਹੀਂ ਹੋ ਸਕਦੀ ਤੇ ਇਹ ਜੇ ਪ੍ਰਾਪਤ ਕਰਨੀ ਹੈ ਤਾਂ ਫਿਰ ਇਹ ਸਾਰੇ ਕਰਮ ਕਾਂਡਾਂ ਨੂੰ ਛੱਡ ਦੇ ਆਪਣੇ ਮਨ ਦੇ ਉੱਤੇ ਕੰਟਰੋਲ ਕਰ ਮਨ ਦੇ ਵਿੱਚੋਂ ਉਹਨਾਂ ਨੂੰ ਵਿਕਾਰਾਂ ਨੂੰ ਖਤਮ ਕਰ ਗੁਰਮੁਖ ਹੋਏ ਕਾਇਆ ਗੜ ਲੀਜੈ ਇਹ ਸਰੀਰ ਜਿਹੜਾ ਹੈ ਇਹਨੂੰ ਕਿਲ੍ਹੇ ਦੀ ਤਰ੍ਹਾਂ ਤੂੰ ਸਮਝ ਕਿ ਬਈ ਇਹ ਜਿਹੜਾ ਇਹਦੇ ਵਿੱਚ ਰਹਿ ਰਿਹਾ ਮਨ ਹੈ ਉਹ ਆਕੀ ਹੋਇਆ ਹੋਇਆ ਹੈ ਤੇ ਤੂੰ ਇਸ ਮਨ ਨੂੰ ਫਤਿਹ ਕਰਨਾ ਹੈ ਤੇ ਇਹ ਕਰਨਾ ਕਿਸ ਤਰ੍ਹਾਂ ਹੈ ਗੁਰਮੁਖ ਹੋਏ ਗੁਰੂ ਦੇ ਸਨਮੁਖ ਹੋ ਜਾ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲੈ ਤੇ ਫਿਰ ਤੈਨੂੰ ਇਹ ਪ੍ਰਾਪਤ ਹੋਵੇ ਤੋ ਇਸੇ ਤਰ੍ਹਾਂ ਇਹ ਕਾਫੀ ਲੰਬਾ ਸ਼ਬਦ ਹੈ ਜਿਹਦੇ ਵਿੱਚ ਸਤਿਗੁਰੂ ਜੀ ਨੇ ਬਾਰ ਬਾਰ ਸਾਨੂੰ ਬਾਹਰਲੇ ਜਿਹੜੇ ਕਰਮ ਹਨ ਉਹਨਾਂ ਦੇ ਬਾਰੇ ਦੱਸ ਕੇ ਤੇ ਉਹਨੂੰ ਕੰਪੇਅਰ ਕਿਹਦੇ ਨਾਲ ਕੀਤਾ ਹੈ ਗੁਰੂ ਦੀ ਸਿੱਖਿਆ ਲੈ ਕੇ ਤੇ ਨਾਮ ਦੇ ਨਾਲ ਜੁੜਨ ਨਾਲ ਪ੍ਰਭੂ ਦੇ ਪ੍ਰੇਮ ਦੇ ਨਾਲ ਜੁੜਨ ਦੀ ਗੱਲ ਕੀਤੀ। ਤੋਂ ਇਹ ਜਿਹੜੇ ਹਨ ਇਹਦੇ ਵਿੱਚ ਸਤਿਗੁਰੂ ਜੀ ਨੇ ਇੱਕ ਸਿਧਾਂਤ ਸਾਨੂੰ ਜਿਹੜਾ ਹੈ ਉਹ ਦੱਸਿਆ ਜਿਹੜਾ ਕਿ ਸਾਨੂੰ ਜਿਹਦੇ ਨਾਲ ਜੁੜਨ ਦੇ ਲਈ ਬਾਰ ਬਾਰ ਕਿਹਾ ਜਿਹੜੀ ਰਹਾਉ ਦੀ ਪੰਕਤੀ ਹੈ ਕਿ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਗੁਰੂ ਦੀ ਸ਼ਰਨ ਪੈ ਤੇ ਹਰੀ ਦੇ ਜਨਾਂ ਦਾ ਸੰਗ ਕਰ ਉਹਨਾਂ ਦੀ ਸੰਗਤ ਕਰ ਫਿਰ ਨਾ ਤਾਂ ਤੈਨੂੰ ਜਮ ਤੰਗ ਕਰਨਗੇ ਨਾ ਇਸ ਜਗਤ ਦੇ ਮਤਲਬ ਇਸ ਜਗਤ ਤੋਂ ਬਾਅਦ ਜਮਾਂ ਦਾ ਤੈਨੂੰ ਡਰ ਰਹੇਗਾ ਤੇ ਇਸ ਜਗਤ ਵਿੱਚ ਰਹਿੰਦੇ ਆ ਤੈਨੂੰ ਮਾਇਆ ਸੁਪਨੀ ਦਾ ਵੀ ਡਰ ਨਹੀਂ ਰਹੇਗਾ ਕਿਉਂ ਕਿਉਂਕਿ ਤੇ ਗੁਰੂ ਦੇ ਸ਼ਰਨ
ਪੈ ਕੇ ਗੁਰੂ ਦੇ ਦੱਸੇ ਰਾਹ ਦੇ ਉੱਤੇ ਚੱਲ ਕੇ ਉਸ ਹਰਿਆ ਉਹਨਾਂ ਭਰੇ ਪੁਰਸ਼ਾਂ ਦੀ ਸੰਗਤ ਦੇ ਵਿੱਚ ਜਾ ਕੇ ਫਿਰ ਤੂੰ ਹਰ ਕਾ ਰਸ ਪੀਜੇ ਦੀ ਅਵਸਥਾ ਤੇ ਪਹੁੰਚ ਜਾਏਗਾ। ਤੋ ਇੱਥੇ ਉਹਨਾਂ ਨੇ ਕੰਟਰਾਸਟ ਜਿਹੜਾ ਕੀਤਾ ਹੈ ਉਹ ਬਿਲਕੁਲ ਕਲੀਅਰ ਹੈ ਕਿ ਇੱਥੇ ਜੋ ਗੁਰਮਤਿ ਦਾ ਰਾਹ ਸਿਰਫ ਮਨ ਨੂੰ ਸਾਧਨ ਦਾ ਰਾਹ ਹੈ ਤਾਂ ਕਿ ਸਾਡਾ ਜੀਵਨ ਚੰਗਾ ਬਣ ਸਕੇ। ਇੱਕ ਹੋਰ ਸ਼ਬਦ ਜਿਹੜਾ ਉਹਨਾਂ ਨੇ ਕੋਟ ਕੀਤਾ ਹੈ ਉਹ ਵੀ ਮੈਂ ਚਾਹੁੰਦਾ ਕਿ ਜੇ ਆਪ ਡਿਸਪਲੇ ਕਰ ਦਿਓ, ਆਪਾਂ ਸਾਰੇ ਬੜੇ ਫੈਮਿਲੀਅਰ ਆ ਉਹਦੇ ਨਾਲ। ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਯੰਕਮ ਸਾਧੇ। ਇਹਦੇ ਵਿੱਚ ਵੀ ਸਤਿਗੁਰੂ ਜੀ ਜਿਹੜਾ ਹੈ ਉਹ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਹਾਂਜੀ, ਪਾਠ ਪੜਿਓ ਅਰ ਬੇਦ ਵਿਚਾਰਿਓ, ਹਾਂਜੀ, ਨਿਵਲ ਭਯੰਕਮ ਸਾਧੇ। ਇਹਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਇਹਦੇ ਵਿੱਚ ਵੀ ਸਾਰੇ ਹੀ ਕਰਮ ਕਾਂਡਾਂ ਨੂੰ ਮੈਂ ਥੋੜਾ ਜਿਹਾ ਇਹਦੇ ਚਾਪ ਜੀ ਦੇ ਨਾਲ ਵਿਚਾਰ ਕਰਾਂਗਾ। ਪੂਰਾ ਸ਼ਬਦ ਲੰਬਾ ਹੈ ਇਹ ਵੀ, ਤੇ ਇਹਦੀ ਵੀ ਵਿਚਾਰ ਅਗਰ ਅਸੀਂ ਕਰਕੇ ਦੇਖੀਏ ਤੇ ਫਿਰ ਬਿਲਕੁਲ ਗੱਲ ਸਪਸ਼ਟ, ਹੋਰ ਸਪਸ਼ਟ ਹੋ ਜਾਂਦੀ, ਕਿਉਂਕਿ ਇਹਦੇ ਵਿੱਚ ਇੱਕ ਇੱਕ ਇਹੋ ਜਿਹੀਆਂ ਕਿਰਿਆਵਾਂ ਜਿਹੜੀਆਂ ਦੱਸੀਆਂ ਜਾਂਦੀਆਂ ਨੇ ਉਹਨਾਂ ਦਾ ਕੰਟਰਾਸਟ ਕੀਤਾ ਗੁਰੂ ਜੀ ਨੇ ਉਸ ਪ੍ਰਭੂ ਦੇ ਨਾਲ ਪ੍ਰੇਮ ਕਰ। ਤੋ ਪਾਠ ਪੜਿਓ ਅਰ ਬੇਦ ਵਿਚਾਰਿਓ, ਉਹ ਕਿੰਨੇ ਹੀ ਧਰਮ ਪੁਸਤਕ ਭਾਵ ਕਿੰਨੇ ਹੀ ਵੇਦਾਂ ਦਾ ਸ਼ਾਸਤਰਾਂ ਦਾ ਪਾਠ ਕਰ ਲਈਏ, ਉਹਨਾਂ ਦਾ ਵਿਚਾਰ ਕਰ ਲਈਏ, ਨਿਵਲ ਭਯੰਗਮ ਸਾਧੇ। ਉਹ ਨਿਵਲ ਭਯੰਗਮ ਦਾ ਮਤਲਬ ਹੈ ਕਿ ਜਿਹੜੇ ਨੇਵਲੀ ਕਰਮ ਉਹ ਕਰਦੇ ਹਨ ਉਹ ਵੀ ਸਾਧ ਲਏ ਸਾਰੇ, ਜਿਹੜੇ ਕੁੰਡਲਨੀ ਨੂੰ ਜਗਾਉਣ ਦੇ ਵਾਸਤੇ ਜੋਗੀ ਦੱਸਦੇ ਹਨ, ਇੱਕ ਪਾਸੇ ਵੇਦਾਂ ਦਾ ਪਾਠ ਵੀ ਕੀਤਾ ਸ਼ਾਸਤਰਾਂ ਦਾ ਵੀ, ਉਸ ਦੂਜੇ ਪਾਸੇ ਕੁੰਡਲਨੀ ਦੀ ਵੀ ਗੱਲ ਵੀ ਕਰ ਲਈ, ਉਹ ਵੀ ਸਾਰਾ ਸਾਧ ਲਿਆ। ਪਰ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਪਾਤੇ। ਹੁਣ ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਉਹ ਸਿਰਫ ਨਿਰਾਰਥ ਨਹੀਂ ਹਨ, ਉਹ ਸਾਨੂੰ ਹੋਰ ਜਿਹੜਾ ਹੈ ਨੁਕਸਾਨ ਪਹੁੰਚਾਉਂਦੇ ਹਨ ਕਿ ਪੰਜਾਂ ਦਾ ਸੰਗ ਤੇ ਜਿਹੜਾ ਉਹ ਛੁੱਟਿਆ ਨਹੀਂ ਇਹਨਾਂ ਦੇ ਨਾਲ, ਕਿਉਂਕਿ ਉਹ ਏਮ ਹੀ ਨਹੀਂ ਸੀ। ਏਮ ਤਾਂ ਸੀ ਕਿ ਮਨ ਨੂੰ ਮੈਂ ਕਿਸੇ ਤਰ੍ਹਾਂ ਉੱਥੇ ਕੰਸੈਂਟ੍ਰੇਟ ਕਰ ਲਵਾਂ ਜਿੱਥੇ ਮੈਨੂੰ ਚੀਜ਼ਾਂ ਦੀ ਪ੍ਰਾਪਤੀ ਹੋ ਜਾਏ, ਤੇ ਜਿਹੜਾ ਕਰ ਲਵੇ ਉਹਦੇ ਮਨ ਵਿੱਚ ਕੁਦਰਤੀ ਅਹੰਕਾਰ ਪੈਦਾ ਹੋਣਾ ਹੈ। ਅਹੰ ਅਧਿਕ ਅਹੰ ਬੁੱਧ ਬਾਧੇ ਬਾਂਧੇ, ਤੇ ਅੱਗੇ ਫਰਮਾ ਰਹੇ ਹਨ ਰਾਹ ਦੀ ਪੰਕਤੀ ਵਿੱਚ, ਪਿਆਰੇ ਇਨ ਵਿਦ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾਂ। ਜਿੰਨੇ ਮਰਜ਼ੀ ਕਰਮ ਕਰ ਲਏ ਇਹੋ ਜਿਹੇ, ਇਹਨਾਂ ਨਾਲ ਉਸ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ। ਉਹਦਾ ਤਰੀਕਾ ਇੱਕੋ ਹੀ ਹੈ, ਹਾਰ ਪਰਿਓ ਸਵਾਮੀ ਕੇ ਦੁਆਰੇ ਮੈਂ ਦੀਜੈ ਬੁੱਧ ਵਿਵੇਕਾ। ਉਸ ਪ੍ਰਭੂ ਦੇ ਦੁਆਰ ਤੇ, ਉਸ ਪ੍ਰਭੂ ਦੀ ਸ਼ਰਨ ਦੇ ਉੱਤੇ ਹਾਰ ਕੇ ਸਮਰਪਣ ਕਰਕੇ ਨਿਮਰਤਾ ਦੇ ਵਿੱਚ ਡਿੱਗ ਪੈ, ਤੇ ਇਹ ਮੰਗ ਕਿ ਬੀਜੈ ਬੁੱਧ ਵਿਵੇਕਾ, ਮੈਨੂੰ ਤੂੰ ਉਹ ਬੁੱਧੀ ਪ੍ਰਦਾਨ ਕਰ ਜਿਹਦੇ ਨਾਲ ਮੈਂ ਇਹ ਸੋਚ ਸਕਾਂ ਕਿ ਮੈਂ ਮੇਰੇ ਲਈ ਕਿਹੜਾ ਕੰਮ ਲਾਹੇਵੰਦਾ ਹੈ, ਕਿਹੜਾ ਨਹੀਂ ਲਾਹੇਵੰਦਾ, ਕਿਹੜਾ ਨੁਕਸਾਨ ਕਰਦਾ ਹੈ। ਤੋ ਇਹਦਾ ਰਾਹ ਇਹੀ ਹੈ ਕਿ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ ਜਾ। ਅੱਗੇ ਹੋਰ ਆਪ ਦੱਸਦੇ ਹਨ, ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਮੌਨ ਵਰਤ ਵੀ ਰੱਖ ਲੈ, ਜੋ ਕੁਛ ਹੈ ਉਹ ਸਾਰਾ ਕੁਛ ਕਰਨਾ ਸ਼ੁਰੂ ਕਰ ਦਿੱਤਾ, ਕਿ ਵੀ ਇੱਕ ਪਾਸੇ ਤੁਸੀਂ ਮੌਨ ਕਰ ਲਿਆ, ਦੂਜੇ ਪਾਸੇ ਜਿਹੜੇ ਨੇ ਹੱਥਾਂ ਦੇ ਵਿੱਚ ਹੀ ਤੁਸੀਂ ਮੰਗਣਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਉਹ ਮੰਗਣ ਵਾਲਾ ਭਾਂਡਾ ਵੀ ਨਹੀਂ ਲਿਆ, ਕੱਪੜੇ ਵੀ ਜਿਹੜੇ ਨੇ ਉਹ ਪਹਿਨਣੇ ਛੱਡ ਦਿੱਤੇ, ਇੱਥੋਂ ਤੱਕ ਚੀਜ਼ਾਂ ਨੂੰ ਛੱਡ ਦਿੱਤਾ, ਤੇ ਤਟ ਤੀਰਥ ਸਭ ਧਰਤੀ ਭ੍ਰਮਿਓ, ਸਾਰਾ ਜਗਤ ਵੀ ਘੁੰਮ ਲਿਆ, ਤੀਰਥ ਵੀ ਘੁੰਮ ਲਏ, ਸਾਰੇ ਸਾਗਰਾਂ ਦਾ ਇਸ਼ਨਾਨ ਵੀ ਕਰ ਲਿਆ, ਪਰ ਦੁਬਿਧਾ ਛੁਟਕਾ ਨਾ, ਮਨ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੋਇਆ। ਕਿਉਂ? ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮਨ ਨੂੰ ਟਾਰਗੇਟ ਹੀ ਨਹੀਂ ਕਰ ਰਹੀ, ਇਹ ਤਾਂ ਸਰੀਰ ਨੂੰ ਟਾਰਗੇਟ ਕਰ ਰਹੀਆਂ ਹਨ, ਤੇ ਸਰੀਰ ਦੇ ਰਾਹੀਂ ਮਨ ਨੂੰ ਕੇਵਲ ਉਸ ਅਵਸਥਾ ਤੱਕ ਪਹੁੰਚਾਉਣ ਦਾ ਉਹਨਾਂ ਦੀ ਥਿਉਰੀ ਹੈ ਜਿਹਦੇ ਨਾਲ ਅਸੀਂ ਸਵਰਗ ਪ੍ਰਾਪਤ ਕਰ ਲਈਏ, ਤੇ ਫਿਰ ਦੁਬਿਧਾ ਕਿੱਥੋਂ ਛੁਟਕੇਗੀ? ਇੱਕ ਪਾਸੇ ਅਹੰਕਾਰ ਫਸਿਆ ਰਹੇਗਾ ਤੇ ਇੱਕ ਪਾਸੇ ਸਾਨੂੰ ਇਹ ਜੋ ਸਵੈ ਦੇ ਮਤਲਬ ਹੈ ਸੈਲਫਿਸ਼ ਮੋਟਿਵ ਨੇ ਉਹ ਫਸੇ ਰਹਿਣਗੇ, ਤੇ ਉਹਦਾ ਰਸਤਾ ਸਤਿਗੁਰੂ ਨੇ ਪਹਿਲਾਂ ਦੱਸਿਆ ਹੈ। ਤੇ ਅੱਗੇ ਦੱਸਦੇ ਹਨ ਕਿ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ। ਆਪਾਂ ਸਾਰੇ ਜਾਣਦੇ ਹਾਂ ਕਿ ਤੀਰਥਾਂ ਤੇ ਜਾ ਕੇ ਲੋਕੀ ਰਹਿਣਾ ਸ਼ੁਰੂ ਕਰ ਦਿੰਦੇ ਹਨ, ਕਿ ਜਿਹੜਾ ਉਸ ਤੀਰਥ ਦੇ ਉੱਤੇ ਮਰੇਗਾ ਉਹਨੂੰ ਹੀ ਜਿਹੜਾ ਹੈ ਉਹ ਮੁਕਤੀ ਮਿਲਣੀ ਹੈ, ਜਿਹੜਾ ਇੱਕ ਆਰਾ ਲੱਗਾ ਸੀ ਉਹਦੇ ਉੱਤੇ ਉਹਦੇ ਵਿੱਚ ਆਪਣਾ ਸਿਰ ਕਟਵਾ ਲਏਗਾ ਉਹਨੂੰ ਮੁਕਤੀ ਮਿਲਣੀ ਹੈ।
ਪਰ ਸਤਿਗੁਰੂ ਕਹਿੰਦੇ ਹਨ ਕਿ ਮਨ ਕੀ ਮੈਲ ਨਾ ਉਤਰੈ ਇਹ ਬਿਧ ਜੇ ਲਖ ਯਤਨ ਕਰੈ। ਕਿਉਂਕਿ ਜਿਹੜੇ ਸਾਰੇ ਕਰਮ ਕਾਂਡ ਚੋਂ ਕੋਈ ਵੀ ਮਨ ਨੂੰ ਸ਼ੁੱਧ ਕਰਨ ਵਾਸਤੇ, ਮਨ ਨੂੰ ਸੋਧਣ ਵਾਸਤੇ, ਮਨ ਦੇ ਵਿੱਚ ਪ੍ਰੇਮ ਦੀ ਭਾਵਨਾ ਪੈਦਾ ਕਰਨ ਵਾਲਾ ਤੇ ਕੋਈ ਵੀ ਕਰਮ ਕਾਂਡ ਨਹੀਂ, ਉਹ ਉਹਨਾਂ ਦਾ ਟਾਰਗੇਟ ਹੀ ਨਹੀਂ ਹੈ, ਉਧਰ ਉਹਨਾਂ ਦਾ ਵਿਚਾਰ ਹੀ ਨਹੀਂ ਹੈ, ਉਹ ਤਾਂ ਹੋਰ ਹੀ ਗੱਲਾਂ ਦੇ ਪਿੱਛੇ ਲੱਗੇ ਹੋਏ ਹਨ। ਇਸੇ ਤਰ੍ਹਾਂ ਹੀ ਅੱਗੇ ਕਨਿਕ ਕਾਮਨੀ ਹੈਵਰ ਗੈਵਰ ਬਹੁਬਿਧ ਦਾਨ ਦਤਾ, ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀ ਹੈ ਹਰ ਦੁਆਰਾ। ਤੋ ਸਾਰੇ ਦਾਨ ਵੀ ਕਰਕੇ ਦੇਖ ਲਏ, ਪਰ ਦਾਨ ਕਰਨ ਦੇ ਨਾਲ ਵੀ ਜਿਹੜਾ ਹੈਗਾ ਉਹ ਮਨ ਦੇ ਉੱਤੇ ਤਾਂ ਅਸਰ ਨਹੀਂ ਹੋਇਆ, ਕਿਉਂਕਿ ਉਹ ਅਸਲ ਵਿੱਚ ਤਾਂ ਅਸੀਂ ਸੌਦੇਬਾਜ਼ੀ ਕਰ ਰਹੇ ਹਾਂ। ਹਰ ਚੀਜ਼ ਨੂੰ ਸੋਨਾ ਵੀ ਦਾਨ ਕਰ ਦਿੱਤਾ, ਇਸਤਰੀ ਨੂੰ ਵੀ ਦਾਨ ਕਰ ਦਿੱਤਾ, ਕਈ ਤਰ੍ਹਾਂ ਦੇ ਜਾਨਵਰ ਘੋੜੇ ਸਭ ਕੁਝ ਜਿਹੜੇ ਹੈਗੇ ਨੇ ਉਹ ਵੀ ਦਾਨ ਕਰ ਦਿੱਤੇ। ਸਾਰਾ ਕੁਝ ਕਰਨ ਤੋਂ ਬਾਅਦ ਵੀ ਪ੍ਰਭੂ ਦਾ ਦੁਆਰਾ ਕਿਵੇਂ ਮਿਲੇਗਾ ਜਦੋਂ ਅਸੀਂ ਉਧਰ ਦਾ ਯਤਨ ਹੀ ਕੋਈ ਨਹੀਂ ਕੀਤਾ। ਫਿਰ ਅੱਗੇ ਵੀ ਇਸੇ ਤਰ੍ਹਾਂ ਹੀ ਹੈ ਕਿ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ, ਹਾਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਆ ਇਹ ਜੁਗਤ। ਹੁਣ ਇਸ ਜੁਗਤ ਨਾਲ ਮਿਲਣਾ ਤੇ ਕੀ ਸੀ, ਹੋ ਮੈਂ ਹਾਂ ਕਰਤ ਬੰਧਨ ਮੈਂ ਪਰਿਆ, ਇਹ ਤਾਂ ਹਾਲਤ ਹੋਰ ਤਰਸਯੋਗ ਹੋ ਗਈ। ਤੋਂ ਕਹਿਣ ਤੋਂ ਭਾਵ ਇਹ ਹੈ ਕਿ ਜੋ ਗੁਰਮਤਿ ਦਾ ਮਾਰਗ ਹੈ ਉਹ ਕੇਵਲ ਉਹਨਾਂ ਹੀ ਸਾਨੂੰ ਉਹੀ ਰਸਤਾ ਦੱਸਦਾ ਹੈ, ਗੁਰੂ ਨੇ ਸਾਨੂੰ ਉਹੀ ਰਸਤਾ ਦੱਸਿਆ ਹੈ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਸਾਧ ਕੇ, ਮਨ ਨੂੰ ਚੰਗਾ ਬਣਾ ਕੇ ਇੱਕ ਬਿਹਤਰ ਇਨਸਾਨ, ਇੱਕ ਬਿਹਤਰ ਕੰਮ ਕਰਨ ਵਾਲਾ, ਪ੍ਰੇਮ ਵਾਲਾ ਇਨਸਾਨ ਬਣ ਸਕੀਏ। ਜਦਕਿ ਸਾਰੇ ਜਿਹੜੇ ਨੇ ਉਹ ਕਰਮ ਉਹ ਸਾਡੇ ਸੈਲਫਿਸ਼ ਮੋਟਿਵ ਤੋਂ ਪ੍ਰੇਰਿਤ ਹੁੰਦੇ ਆ। ਉਹ ਸਾਰਿਆਂ ਦੀ ਪ੍ਰੇਰਣਾ ਹੀ ਇੱਕੋ ਹੈ, ਇਸ ਜਗਤ ਦੇ ਵਿੱਚ ਚੀਜ਼ਾਂ ਲੈਣੀਆਂ ਸੈਲਫਿਸ਼, ਅਗਲੇ ਜਗਤ ਦੇ ਵਿੱਚ ਸਵਰਗ ਪ੍ਰਾਪਤ ਕਰਨਾ ਸੈਲਫਿਸ਼, ਆਪਣੇ ਕੀਤੇ ਮਾੜੇ ਕੰਮਾਂ ਤੋਂ ਧੋੜੇ ਜਾਣਾ, ਉਹਨਾਂ ਤੋਂ ਮੁਕਤੀ ਪ੍ਰਾਪਤ ਕਰਨੀ ਉਹ ਧੋਦੇ ਨੇ, ਉਹ ਵੀ ਸੈਲਫਿਸ਼ ਮੋਟਿਵ। ਤੋਂ ਇੱਕ ਪਾਸੇ ਬਿਲਕੁਲ ਸੈਲਫਿਸ਼ ਮੋਟਿਵ ਹਨ, ਦੂਜੇ ਪਾਸੇ ਮਨ ਨੂੰ ਸਾਧਨ ਦੀ ਗੱਲ ਹੈ, ਤੇ ਮਨ ਨੂੰ ਸਾਧਨ ਦਾ ਰਸਤਾ ਜਿਹੜਾ ਹੈ ਉਹ ਇਸ ਸ਼ਬਦ ਦੇ ਅਖੀਰ ਉੱਤੇ ਜਿਹੜਾ ਹੈਗਾ ਉਹ ਸਤਿਗੁਰੂ ਸਾਨੂੰ ਦੂਜੇ ਰਾਹ ਦੇ ਜਿਹੜਾ ਬੰਦ ਹੈ ਅੰਤ ਦੇ ਵਿੱਚ, ਜਿਹਦੇ ਵਿੱਚ ਉਹ ਰਾਹ ਸਾਨੂੰ ਬਿਲਕੁਲ ਕਲੀਅਰ ਕਰਕੇ ਸਾਰੀ ਵਿਚਾਰ ਤੋਂ ਬਾਅਦ ਦੱਸ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ। ਕਿਉਂਕਿ ਇਸ ਤੋਂ ਪਹਿਲੇ ਬੰਦ ਦੇ ਵਿੱਚ ਵੀ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਨਾ ਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਲ ਹੈ। ਤੋ ਸਭ ਤੋਂ ਕਰਮਨ ਕੈ ਕਰਮਾ, ਸਾਰੇ ਹੀ ਕਰਮਾਂ ਤੋਂ ਉੱਪਰ ਦਾ ਕਰਮ ਇੱਕੋ ਹੀ ਹੈ, ਹਰ ਕੀਰਤ ਸਾਧ ਸੰਗਤ ਹੈ। ਤੋ ਸਾਧ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦਾ ਜਸ ਕਰਨਾ, ਉਹਨਾਂ ਭਲੇ ਪੁਰਸ਼ਾਂ ਸੰਤ ਜਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਹਰੀ ਦਾ ਜਸ ਕਰਨਾ, ਇਹੀ ਸਭ ਤੋਂ ਵੱਡਾ ਕਰਮ ਹੈ, ਕਿਉਂਕਿ ਇਹੀ ਉਹ ਕਰਮ ਹੈ ਜਿਹੜਾ ਸਾਨੂੰ ਮਨ ਤੱਕ ਪਹੁੰਚ ਕਰਨ ਦੇ ਵਿੱਚ ਸਹਾਈ ਹੋ ਸਕਦਾ। ਬਾਕੀ ਸਾਰੇ ਕੰਮ ਜਿਹੜੇ ਹਨ ਉਹ ਵੇਸਟ ਹਨ। ਕਉ ਨਾਨਕ ਜਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਲ ਹੈ। ਤੋ ਇਹ ਸਤਿਗੁਰੂ ਕਹਿੰਦੇ ਹਨ ਕਿ ਇਹ ਵੀ ਜਿਹੜਾ ਹੈ ਉਸ ਅਕਾਲ ਪੁਰਖ ਨੇ ਜਦੋਂ ਸਾਡੇ ਤੇ ਤਰਸ ਕਰਕੇ, ਸਾਡੇ ਪੁਰਬਲੇ ਕਰਮਾਂ ਕਰਕੇ ਸਾਡੇ ਸਾਨੂੰ ਇਹ ਲਿਖਿਆ ਹੋਵੇ, ਸਾਡੇ ਮੱਥੇ ਤੇ ਲਿਖਿਆ ਹੋਵੇ, ਅਕਾਲ ਪੁਰਖ ਨੇ ਇਹ ਬਖਸ਼ਿਸ਼ ਕੀਤੀ ਹੋਵੇ, ਤਰਸ ਕੀਤਾ ਹੋਵੇ, ਤੇ ਇਹ ਵੀ ਤਾਂ ਹੀ ਪ੍ਰਾਪਤ ਹੁੰਦਾ ਹੈ। ਮਤਾਂ ਤੂੰ ਇਹ ਨਾ ਸਮਝ ਲਈ ਵੀ ਇਹ ਵੀ ਤੇਰੀ ਕਿਤੇ ਆਪਣੀ ਹਿੰਮਤ ਹੈ। ਤੇ ਫਿਰ ਅੱਗੋਂ ਜਿਹੜਾ ਰਹਾਉ ਦਾ ਬੰਦ ਹੈ ਅਖੀਰ ਦੇ ਵਿੱਚ, ਤੇਰਾ ਸੇਵਕ ਇਹ ਰੰਗ ਮਾਤਾ, ਇਹ ਜਿਹੜਾ ਹਰ ਕੀਰਤ ਸਾਧ ਸੰਗਤ ਹੈ ਉਹਦੇ ਰੰਗ ਦੇ ਵਿੱਚ ਤੇਰਾ ਸੇਵਕ ਜਿਹੜਾ ਹੈ ਉਹ ਮਾਤਾ ਭਾਵ ਮਸਤ ਹੋ ਗਿਆ, ਬਿਲਕੁਲ ਉਹਦੇ ਵਿੱਚ ਡੁੱਬ ਗਿਆ। ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਕੀਰਤਨ ਇਹ ਮੰਨ। ਉਹ ਪ੍ਰਭੂ ਦਾ ਜਸ ਜਿਹੜਾ ਹੈ ਉਹ ਕੇਵਲ ਉਸ ਪ੍ਰਭੂ ਦੀ ਕਿਰਪਾ ਨਾਲ, ਉਸ ਇਹ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਜਿਹੜਾ ਦਇਆਵਾਨ ਪ੍ਰਭੂ ਹੈ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਤੇ ਫਿਰ ਇਹ ਜਿਹੜਾ ਮਨ ਹੈ ਉਹ ਹਰੀ ਦੇ ਜਸ ਦੇ ਵਿੱਚ ਰੱਤਾ ਹੋ ਜਾਂਦਾ, ਰੰਗਿਆ ਜਾਂਦਾ ਹੈ, ਡੁੱਬ ਜਾਂਦਾ ਹੈ, ਤੇ ਉਸ ਹਰੀ ਦੇ ਜਸ ਦਾ ਨਾਲ ਜੁੜ ਕੇ ਉਸ ਹਰੀ ਨਾਲ ਇੱਕ ਮਿੱਕ ਹੋ ਜਾਂਦਾ ਹੈ। ਇੱਥੇ ਫਰਕ ਹੈ ਕਿ ਬਾਰ ਬਾਰ ਕਰਮ ਕਾਂਡ ਦੀ ਨਿਖੇਧੀ ਕਿਉਂ ਕੀਤੀ ਗਈ ਹੈ, ਤੇ ਉਹਦੇ ਸਾਹਮਣੇ ਹਮੇਸ਼ਾ ਸਤਿਗੁਰੂ ਉਸ ਪ੍ਰਭੂ ਦੇ ਨਾਮ ਦੀ ਗੱਲ ਕਿਉਂ ਕਰਦੇ ਹਨ, ਕਿਉਂਕਿ ਇੱਕ ਸਾਡੇ ਮਨ ਨੂੰ ਸਾਧਨ ਦਾ ਰਸਤਾ ਹੈ, ਇੱਕ ਸਾਡੇ ਜਿਹੜੇ ਮਨ ਦੇ ਵਿੱਚ ਸੈਲਫਿਸ਼ ਵਿਚਾਰ ਪੈਦਾ ਹੁੰਦੇ ਹਨ ਉਹਨਾਂ ਨੂੰ ਪ੍ਰਾਪਤ ਕਰਨ ਦਾ ਰਸਤਾ ਹੈ। ਤਾਂ ਇਹ ਬਿਲਕੁਲ ਟੋਟਲ ਕੰਟਰਾਸਟ ਹੈ ਆਪਣੇ ਆਪ ਦੇ ਵਿੱਚ।
ਇਹ ਜੋ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ, ਸ਼ਬਦ ਤਾਂ ਮੇਰੇ ਸਨ ਪਰ ਮੁੱਖ ਤੌਰ ਦੇ ਉੱਤੇ ਇਹ ਪਹਿਲੇ ਦੋ ਤਿੰਨ ਸਫ਼ੇ ਜਿਹੜੇ ਉਸ ਆਰਟੀਕਲ ਦੇ ਵਿੱਚ ਭਾਈ ਜੋਧ ਸਿੰਘ ਨੇ ਲਿਖੇ ਹਨ, ਉਹਦੇ ਵਿੱਚ ਬਿਲਕੁਲ ਇੰਨੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਸਮਝਾਈ ਤੇ ਮੈਨੂੰ ਲੱਗਿਆ ਕਿ ਇਹ ਗੱਲ ਮੈਂ ਆਪ ਜੀ ਦੇ ਨਾਲ ਵੀ ਸਾਂਝੀ ਕਰਾਂ ਤਾਂ ਕਿ ਸਾਨੂੰ ਉਹਨਾਂ ਪੁਰਾਣੇ ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਦੀਆਂ ਕਿਤਾਬਾਂ ਬੜੀਆਂ ਨਾਯਾਬ ਹਨ ਉਹ ਪੜ੍ਹਨ ਦੀ ਵੀ ਸਾਡੇ ਮਨ ਦੇ ਵਿੱਚ ਥੋੜੀ ਪ੍ਰੇਰਣਾ ਪੈਦਾ ਹੋਵੇ ਤੇ ਅਸੀਂ ਉਹਨਾਂ ਨੂੰ ਉਹਨਾਂ ਦਾ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ ਜੀ, ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।